ਰੇਡੀਓ ਕੌਮੀ ਆਵਾਜ਼ ਦੇ ਪ੍ਰੋਗਰਾਮ ਸ਼ਾਮ ਦੀ ਸਭਾ ਨਾਲ ਜੁੜੇ ਹੋਏ ਦੇਸ਼ ਵਿਦੇਸ਼ ਦੇ ਸਾਰੇ ਸਰੋਤਿਆਂ ਨੂੰ ਹਰਕਮਲ ਸਿੰਘ ਵੱਲੋਂ ਫਤਿਹ ਦੇ ਨਾਲ ਜੀ ਆਇਆਂ ਆਖਿਆ ਜਾਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਰੀਖ ਹੋ ਗਈ ਅੱਜ 19 ਦਸੰਬਰ 2018 ਅਤੇ ਦੇਸੀ ਮਹੀਨੇ ਦੇ ਹਿਸਾਬ ਨਾਲ 4 ਪੋਹ, ਨਾਨਕ ਸਾਹਿਬ ਸੰਮਤ 550, ਦਿਨ ਬੁੱਧਵਾਰ ਅਤੇ ਸਮਾਂ ਸ਼ਾਮ ਦੇ 6 ਵੱਜ ਚੁੱਕੇ ਨੇ। ਖਬਰਾਂ ਨਾਲ ਸੰਬੰਧਿਤ ਇਸ ਪ੍ਰੋਗਰਾਮ ਦੇ ਪਹਿਲੇ ਭਾਗ 'ਚ ਪੰਜਾਬ ਭਾਰਤੀ ਖਿੱਤੇ ਦੀਆਂ ਕੁਝ ਵਿਸ਼ੇਸ਼ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਹਾਂ। ਗੱਲਬਾਤ ਕਰਨ ਲਈ ਪੰਜਾਬ ਤੋਂ ਪਰਮਵੀਰ ਸਿੰਘ ਬਾਠ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਫਿਰ ਉਹਨਾਂ ਕੋਲ ਜਾਣਦੇ ਹਾਂ ਪੰਜਾਬ ਭਾਰਤ ਦਾ ਹਾਲਚਾਲ। ਬਾਠ ਸਾਹਿਬ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ, ਮਿਹਰਬਾਨੀ ਹੈ ਕਮਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਠ ਸਾਹਿਬ, ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰੀਏ ਜੀ, ਜਿਹੜਾ 5-4 ਦਿਨ ਪਹਿਲਾਂ ਆਹ ਵਿਧਾਨ ਸਭਾ ਦਾ ਸੈਸ਼ਨ ਲੰਘ ਕੇ ਗਿਆ, ਸੈਸ਼ਨ ਬਹੁਤ ਛੋਟਾ ਸੀਗਾ, 3 ਦਿਨ ਦਾ, ਹੋਰ ਤਾਂ ਕੋਈ ਬਹੁਤ ਉਹਦੇ 'ਤੇ ਕਿਸੇ ਖਾਸ ਮੁੱਦਿਆਂ 'ਤੇ ਗੱਲਬਾਤ ਹੋ ਨਹੀਂ ਸਕੀ, ਪਰ ਇੱਕ ਕਹਿੰਦੇ ਸਰਕਾਰ ਨੇ ਬੜੀ ਗੰਭੀਰ ਮੁੱਦੇ 'ਤੇ ਉੱਥੇ ਚਰਚਾ ਕੀਤੀ ਆ ਵੀ ਜਿਹੜੇ ਵਿਧਾਇਕ ਨੇ ਵਿਚਾਰੇ ਆਪਣੇ, ਇਹਨਾਂ ਦੀਆਂ ਤਨਖਾਹਾਂ ਹੀ ਬਹੁਤ ਘੱਟ ਨੇ, ਸਰਕਾਰ ਨੂੰ ਡਬਲ ਕਰਨ ਦਾ ਸੋਚ ਰਹੀ ਹੈ। ਅਤੇ ਆਮ ਪਬਲਿਕ ਲਈ ਬਾਠ ਸਾਹਿਬ ਜਦੋਂ ਕਿਤੇ ਪੈਸੇ ਢੇਲੇ ਦੀ ਲੋੜ ਹੁੰਦੀ ਹੈ ਅਤੇ ਉਦੋਂ ਸਰਕਾਰ ਕਹਿ ਦਿੰਦੀ ਹੈ ਖਜ਼ਾਨਾ ਖਾਲੀ ਹੈ, ਅਤੇ ਫਿਰ ਵਿਧਾਇਕਾਂ ਨੂੰ ਜਿਹੜਾ 90-95 ਹਜ਼ਾਰ ਰੁਪਈਆ ਮਹੀਨੇ ਦਾ ਮਿਲਦਾ ਬਿਨਾਂ ਟੈਕਸ ਤੋਂ, ਨਾਲ ਹੋਰ ਸਹੂਲਤਾਂ, ਲਾਮ ਲਸ਼ਕਰ, ਗੱਡੀਆਂ, ਜੇ ਵੋ, ਅਤੇ ਉਹਦੇ ਨਾਲ ਨਹੀਂ ਫਿਰ ਤੋਰੀ ਫੁਲਕਾ ਚੱਲਦਾ ਵਿਚਾਰਿਆਂ ਦਾ, ਔਖਾ ਹੀ ਆ। ਕੀ ਕਹੋਗੇ ਤੁਸੀਂ? ਹਰਕਮਲ ਸਿੰਘ ਜੀ, ਗੱਲ ਇਹ ਆ ਕਿ ਜਿਹੜੇ ਸਾਡੇ ਵਿਧਾਇਕ ਨੇ ਨਾ, ਦੇਖੋ ਮੈਂ ਵਾਰ ਵਾਰ ਕਹਿੰਦਾ ਕਿ ਗਰੀਬ ਲੋਕ ਨੇ, ਆਰਥਿਕ ਤੌਰ ਤੇ ਮਜ਼ਬੂਰ ਲੋਕ ਨੇ, ਕਮਜ਼ੋਰ ਨੇ, ਤੇ ਭਾਰਤੀ ਲੋਕਤੰਤਰ ਦੇ ਵਿੱਚ ਤਾਂ ਜਿਹੜਾ ਵੀ ਬੰਦਾ ਵਿੱਤੀ ਤੌਰ ਦੇ ਉੱਤੇ ਪਛੜਿਆ ਅਸੀਂ ਉਹਨੂੰ ਅੱਗੇ ਲੈ ਕੇ ਜਾਂਦੇ ਹਾਂ। ਮੈਂ ਤਾਂ ਕਹਿੰਦਾ ਕਿ ਆਹ ਲੰਘੇ ਵਿਧਾਨ ਸਭਾ ਦੇ ਸੈਸ਼ਨ 'ਚ ਅਸੀਂ ਗਲਤੀ ਕਰ ਲਈ, ਆ ਜਿੰਨੇ ਪੰਜਾਬ ਦੇ ਵਿਧਾਇਕ ਆ ਸਾਰਿਆਂ ਨੂੰ ਆਟਾ ਦਾਲ ਸਕੀਮ ਦਾ ਲਾਭ ਵੀ ਦੇ ਹੀ ਦੇਣਾ ਸੀ, ਇਹਨਾਂ ਦੇ ਨੀਲੇ ਕਾਰਡ ਵੀ ਬਣਾ ਹੀ ਦੇਣੇ ਸੀ, ਇਹਨਾਂ ਨੂੰ ਮਨਰੇਗਾ ਦੇ ਵਿੱਚ ਦਿਹਾੜੀ ਵੀ ਲਵਾ ਹੀ ਦੇਣੀ ਸੀ, ਇਹਨਾਂ ਨੂੰ ਥੋੜਾ ਬਹੁਤ ਕੋਈ ਬੇਰੁਜ਼ਗਾਰੀ ਭੱਤਾ ਵੀ ਦਵਾ ਹੀ ਦੇਣਾ ਸੀ ਕਿ ਚਲੋ ਕੋਈ ਗੱਲ ਨਹੀਂ, 2-2.5 ਲੱਖ ਰੁਪਈਆ ਹੀ ਤੁਹਾਨੂੰ ਮਿਲਿਆ ਕਰਨਾ, 93,000 ਹੁਣ ਮਿਲਦਾ, ਪ੍ਰਪੋਜ਼ਲ ਆ ਗਈ ਆ, ਇੱਕ ਨਾ ਇੱਕ ਦਿਨ ਪ੍ਰਵਾਨ ਵੀ ਹੋਜੂ। ਇਹ ਸਾਰੀ ਪ੍ਰਕਿਰਿਆ ਜਿਹੜੀ ਬੜੀ ਅਜੀਬ ਹੈ। ਹੁਣ ਸਾਡੇ ਵਿਧਾਇਕ ਸਾਹਿਬ, ਕਿਸੇ ਬੰਦੇ ਨੇ ਵਿਰੋਧ ਤਾਂ ਨਹੀਂ ਕੀਤੀ ਆ, 1-2 ਬੰਦੇ ਆਮ ਆਦਮੀ ਪਾਰਟੀ ਦੇ ਸੀਗੇ ਜਿਹੜੇ ਕਹਿੰਦੇ ਸੀ ਕਿ ਅਸੀਂ ਨਹੀਂ ਵਧੇ ਹੋਏ ਭੱਤੇ ਲੈਣੇ, ਅਸੀਂ ਨਹੀਂ ਵਧੀਆਂ ਹੋਈਆਂ ਤਨਖਾਹਾਂ ਲੈਣੀਆਂ, ਨਹੀਂ ਤਾਂ ਜਿਹੜੀ ਪ੍ਰਪੋਜ਼ਲ ਪੇਸ਼ ਕੀਤੀ ਗਈ ਸੀ ਕਿ 93,000 ਰੁਪਈਆ ਤਨਖਾਹਾਂ ਤੇ ਭੱਤੇ ਪ੍ਰਤੀ ਮਹੀਨਾ ਪ੍ਰਤੀ ਵਿਧਾਇਕ ਮਿਲਦੇ ਆ, ਵਧਾ ਕੇ ਆਪਾਂ 2 ਲੱਖ ਤੋਂ ਟਪਾਉਂਦੇ ਹਾਂ, ਸਾਰੇ ਬੰਦੇ ਖੁਸ਼ ਚੁੱਪ। ਐਨ ਇੱਕੋ ਇੱਕ ਇਹ ਮੁੱਦਾ ਜਿਹਦੇ ਉੱਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਾਡੇ ਵਿਧਾਇਕ ਆਪਸ ਦੇ ਵਿੱਚ ਲੜਦੇ ਨੇ, ਨਹੀਂ ਤਾਂ ਬਾਕੀ ਤਾਂ ਸਾਰੇ ਮੁੱਦਿਆਂ ਦੇ ਉੱਤੇ ਆਪਸ ਵਿੱਚ ਲੜਦੇ ਆ, ਇਹਨਾਂ ਨੂੰ ਕੁਛ ਲਾਉਣ ਵਾਲਾ ਵੀ ਕੋਈ ਨਹੀਂ ਹੁੰਦਾ। ਹੁਣ ਇੱਕ ਨਵੀਂ ਗੱਲ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਉਹ ਹਰਕਮਲ ਸਿੰਘ ਜੀ ਹੋਰ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਹੈ ਕਿ ਕਿਵੇਂ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਜੋਕਾਂ ਬਣ ਕੇ ਸਾਡੇ MLA ਸਾਹਿਬਾਨ ਚਿੰਬੜੇ ਹੋਏ ਨੇ। ਦੇਖੋ, ਮੈਨੂੰ ਕੋਈ ਤਨਖਾਹ ਮਿਲੇ ਤਾਂ ਮੈਂ ਇਨਕਮ ਟੈਕਸ ਤਾਂ ਆਪ ਦੇਣਾ ਹੁੰਦਾ ਨਾ, ਉਹਦੇ ਉੱਤੇ ਇੱਕ ਆਮਦਨ ਕਰ ਦੇਣਾ, ਪਰ ਇਹ ਜਿਹੜੇ ਸਾਡੇ ਵਿਧਾਇਕ ਸਾਹਿਬ ਨੇ ਇਹ ਸਰਕਾਰ ਤੋਂ ਤਨਖਾਹ ਵੀ ਲੈਂਦੇ ਆ, ਭੱਤੇ ਵੀ ਲੈਂਦੇ ਆ, ਤੇ ਜਿਹੜੀ ਇਹ ਸਾਰੀ ਇਨਕਮ ਹੈ ਇਹਦੇ ਉੱਤੇ ਜੇ ਸਰਕਾਰ ਕਹਿੰਦੀ ਹੈ ਕਿ ਟੈਕਸ ਤਾਂ ਦੇ ਦਿਓ, ਉਹ ਵੀ ਲੋਕਾਂ ਦੇ ਟੈਕਸ ਦੇ ਪੈਸੇ ਦੇ ਵਿੱਚੋਂ ਲੈਂਦੇ ਆ, ਸਰਕਾਰ ਨੂੰ ਕਹਿੰਦੇ ਕਿ ਤੁਸੀਂ ਅਦਾ ਕਰੋ ਜੀ। ਵੈਸੇ ਤਾਂ ਇਹ ਕੰਮ ਸ਼ੁਰੂ ਵੀ 2002 ਤੋਂ 2007 ਤੱਕ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਕਾਰਜਕਾਲ 'ਚ ਹੋਇਆ ਕਿ ਵਿਧਾਇਕਾਂ ਦਾ ਇਨਕਮ ਟੈਕਸ ਸਰਕਾਰ ਦੇਣ ਲੱਗੀ, ਪਰ ਹੁਣ ਜਦੋਂ ਐਤਕੀ ਦੂਸਰੀ ਵਾਰੀ ਮੁੱਖ ਮੰਤਰੀ ਬਣੇ ਆ ਕਪਤਾਨ ਸਾਹਿਬ, ਉਹਨਾਂ ਨੂੰ ਥੋੜ੍ਹਾ ਜਿਹਾ ਅਹਿਸਾਸ ਹੋਇਆ ਕਿ ਖਜ਼ਾਨਾ ਤਾਂ ਖਾਲੀ, ਪੈਸਾ ਧੇਲਾ ਤਾਂ ਸੂਬੇ ਦੀ ਸਰਕਾਰ ਦੇ ਕੋਲੇ ਹੈ ਕੋਈ ਨਹੀਂ, ਹੁਣ ਜੇ 4 ਪੈਸੇ ਇਕੱਠੇ ਕਰਨੇ ਆ ਤਾਂ ਕੁਝ ਚੰਗੇ ਤਰੀਕੇ ਕੰਮ ਕਰਨਾ ਪਊਗਾ। ਉਹਨਾਂ ਨੇ ਸਾਲ ਪਹਿਲਾਂ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਇੱਕ ਅਪੀਲ ਕੀਤੀ ਸੀ ਤੇ ਮੰਤਰੀਆਂ ਦੇ ਲਈ ਇੱਕ ਫੈਸਲਾ ਕੀਤਾ ਸੀ। ਮੰਤਰੀਆਂ ਲਈ ਫੈਸਲਾ ਕੀ ਕੀਤਾ ਸੀ? ਫੈਸਲਾ ਇਹ ਕੀਤਾ ਸੀ ਕਿ ਪੰਜਾਬ ਦੇ ਸਾਰੇ ਮੰਤਰੀ ਆਪਣਾ ਆਮਦਨ ਕਰ ਆਪਣੀ ਜੇਬ ਦੇ ਵਿੱਚੋਂ ਦੇਣਗੇ, ਸਰਕਾਰੀ ਖਜ਼ਾਨੇ ਚੋਂ ਨਹੀਂ। ਜਿਹੜਾ ਫੈਸਲਾ ਕਰਤਾ ਮੰਤਰੀਆਂ ਨੂੰ ਮੰਨਣਾ ਪਿਆ, ਪਰ ਦੂਸਰੇ ਪਾਸੇ ਪੰਜਾਬ ਦੇ ਵਿਧਾਇਕਾਂ ਦੇ ਲਈ ਉਹਨਾਂ ਫੈਸਲਾ ਨਹੀਂ ਸੀ ਕੀਤਾ। ਉਹਨਾਂ ਨੂੰ ਉਹਨਾਂ ਨੇ ਪ੍ਰਸਤਾਵ ਦਿੱਤਾ ਸੀ ਕਿ ਦੇਖੋ ਪੰਜਾਬ ਦੀ ਮਾਲੀ ਹਾਲਤ ਮਾੜੀ ਹੈ, ਆਪਾਂ ਜੇ ਉਹ ਇਨਕਮ ਟੈਕਸ ਜਿਹੜਾ ਆਪਣੇ ਪੱਲਿਓਂ ਦੇ ਦਿਆ ਕਰੀਏ, ਸਰਕਾਰੀ ਖਜ਼ਾਨੇ ਦੇ ਵਿੱਚੋਂ ਨਾ ਦਿਆ ਕਰੀਏ ਤਾਂ ਬਹੁਤਾ ਚੰਗਾ ਹੋਵੇ। ਪਰ ਸਭ ਤੋਂ ਵੱਡੀ ਗੱਲ ਕਿ 117 MLA, 19 ਵਿੱਚੋਂ ਮੰਤਰੀ ਸਮੇਤ ਮੁੱਖ ਮੰਤਰੀ ਜਿਹੜੇ ਇਨਕਮ ਟੈਕਸ ਦਿੰਦੇ ਆ, ਬਾਕੀ ਬਚ ਗਿਆ 98 ਦੇ ਵਿੱਚੋਂ ਸਾਲ ਦੇ ਵਿੱਚ ਹਰਕਮਲ ਸਿੰਘ ਜੀ ਅਜੇ 2 ਸੂਰਮੇ ਉੱਠੇ ਆ, 2 ਯੋਧੇ ਉੱਠੇ ਆ ਜਿਹੜੇ ਕਹਿੰਦੇ ਕੋਈ ਗੱਲ ਨੀ ਅਸੀਂ ਇਨਕਮ ਟੈਕਸ ਕੋਲੋਂ ਦੇ ਦਿੰਦੇ ਹਾਂ, ਤੇ ਦੇਣ ਵੀ ਲੱਗ ਪਏ। ਇਹਨਾਂ ਦੇ ਵਿੱਚੋਂ ਇੱਕ ਫਤਿਹਗੜ੍ਹ ਸਾਹਿਬ ਤੋਂ MLA ਕੁਲਜੀਤ ਸਿੰਘ ਨਾਗਰਾ, ਦੂਸਰੇ ਜਿਹੜੇ ਆ ਉਹ ਹਰਪਾਲ ਸਿੰਘ ਚੀਮਾ ਜਿਹੜੇ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਨੇ। ਇਹਨਾਂ ਦੋ ਬੰਦਿਆਂ ਤੋਂ ਬਿਨਾਂ ਪੰਜਾਬ ਦੇ ਬਾਕੀ 96 ਵਿਧਾਇਕਾਂ ਨੇ
ਅਜੇ ਤੱਕ ਆਪਣੇ ਇਨਕਮ ਟੈਕਸ ਦੇਣ ਦੇ ਲਈ ਲੋਕਾਂ ਦੇ ਉੱਤੇ ਜਿਹੜਾ ਭਾਰ ਪਾਇਆ ਉਹਨੂੰ ਚੱਕਿਆ ਨਹੀਂ। ਹੁਣ ਇੱਥੋਂ ਹੀ ਹਿਸਾਬ ਕਿਤਾਬ ਲਾ ਲਈਏ, ਆਮ ਆਦਮੀ ਪਾਰਟੀ ਵਾਲੇ ਵੀ ਵਿੱਚੇ ਹੀ ਹੈ, ਆਮ ਆਦਮੀ ਪਾਰਟੀ ਦੇ ਬਾਗੀ ਵੀ ਵਿੱਚੇ ਹੀ ਹੈ, ਅਕਾਲੀ ਕਾਂਗਰਸੀ ਭਾਰਤੀ ਜਨਤਾ ਪਾਰਟੀ ਵਾਲੇ ਵੀ ਵਿੱਚੇ ਹੀ ਹੈ, ਜਿਨ੍ਹਾਂ ਨੂੰ ਅਸੀਂ ਸੂਬਾ ਸੌਂਪ ਦਿੱਤਾ ਵੋਟਾਂ ਪਾ ਕੇ ਕਿ ਤੁਸੀਂ ਸੂਬੇ ਦੀ ਵਿਧਾਨ ਸਭਾ 'ਚ ਜਾਓ, ਸਰਕਾਰ 'ਚ ਜਾਓ, ਵਿਰੋਧੀ ਧਿਰ 'ਚ ਜਾਓ, ਜਾ ਕੇ ਇੱਦਾਂ ਦੇ ਫੈਸਲੇ ਕਰੋ ਜਿਹਦੇ ਨਾਲ ਕਿ ਪੰਜਾਬ ਦੇ ਲੋਕਾਂ ਨੂੰ ਜਿੰਨੀ ਕੁ ਰਾਹਤ ਚਾਹੀਦੀ ਹੈ ਉਨੀ ਕੁ ਰਾਹਤ ਉਹਨਾਂ ਨੂੰ ਮਿਲ ਸਕੇ, ਪਰ ਉਹ ਜਾ ਕੇ ਲੋਕਾਂ ਲਈ ਕੰਮ ਕਰਨ ਦੀ ਥਾਂ ਆਪਣੇ ਰੁਪਈਏ ਧੇਲੇ ਗਿਣ ਲੱਗ ਪਏ ਤਾਂ ਪੰਜਾਬ ਦਾ ਭਲਾ ਜਿਹੜਾ ਉਹ ਕਿੱਥੋਂ ਜਾਣਾ। ਇੱਥੋਂ ਤੱਕ ਹਰਕਮਲ ਸਿੰਘ ਜੀ ਦੇਖੋ ਸਵਾਲ ਕਿੱਡਾ ਵੱਡਾ, 10 ਕਰੋੜ ਰੁਪਈਆ ਸਾਲ ਦਾ ਇਹਨਾਂ ਵਿਧਾਇਕਾਂ ਦਾ ਇਨਕਮ ਟੈਕਸ ਅਸੀਂ ਤੁਸੀਂ ਦਿੰਦੇ ਹਾਂ, ਇੱਕ ਵਿਧਾਇਕ ਦਾ ਇੱਕ ਮਹੀਨੇ ਦਾ ਜਿਹੜਾ ਉਹ 7200 ਰੁਪਈਆ ਬਣਦਾ ਇਨਕਮ ਟੈਕਸ ਜੀ, ਤੇ ਦੋ ਵਿਧਾਇਕਾਂ ਦਾ 15,000 ਬਣੀ ਜਾਂਦਾ, ਤੇ 15,000 ਰੁਪਈਆ ਤੇ ਕਹਿੰਦੇ ਅਸੀਂ ਇੱਕ ਅਧਿਆਪਕ। ਇਹਦਾ ਮਤਲਬ ਹੈ ਕਿ ਜੇ ਦੋ ਵਿਧਾਇਕਾਂ ਦਾ ਇਨਕਮ ਟੈਕਸ ਸਰਕਾਰ ਆਪਣੇ ਪੱਲਿਓਂ ਨਾ ਦੇਵੇ, ਇੱਕ ਅਧਿਆਪਕ ਸਰਕਾਰੀ ਸਕੂਲ ਦੇ ਵਿੱਚ ਮੁੱਢਲੀ ਤਨਖਾਹ ਦੇ ਉੱਤੇ ਉਹ ਹੋਰ ਰੱਖ ਸਕਦੇ ਆ। ਤੇ ਸਭ ਤੋਂ ਵੱਡੀ ਗੱਲ, ਕਾਰ ਸਰਕਾਰੀ, ਡਰਾਈਵਰ ਸਰਕਾਰੀ, ਰੋਟੀ ਸਰਕਾਰੀ, ਟੈਲੀਫੋਨ ਸਰਕਾਰੀ, ਆਉਣ ਜਾਣ ਦਾ ਕਿਰਾਇਆ ਪਤਾ ਸਭ ਕੁਝ ਸਰਕਾਰੀ, ਤਨਖਾਹ ਸਰਕਾਰੀ, ਹੋਰ ਬੜਾ ਕੁਝ ਜਿਹੜਾ ਸਰਕਾਰੀ, ਘਰ ਚੰਡੀਗੜ੍ਹ 'ਚ ਮਿਲਣਾ, ਗਨਮੈਨ ਮਿਲਣੇ, ਸਾਰਾ ਕੁਝ ਸਰਕਾਰੀ ਹੋਣ ਦੇ ਬਾਵਜੂਦ, ਬਹੁਤੀਆਂ ਚੀਜ਼ਾਂ ਮੁਫ਼ਤ ਹੋਣ ਦੇ ਬਾਵਜੂਦ, ਜੇ ਸਾਡੇ ਵਿਧਾਇਕ ਅਜੇ ਤੱਕ ਇਧਰਲੇ ਪਾਸੇ ਇਹੀ ਕਹੀ ਜਾਂਦੇ ਆ ਕਿ ਸਾਡਾ ਇਨਕਮ ਟੈਕਸ ਵੀ ਪੰਜਾਬ ਦੇ ਲੋਕ ਦੇਣ, ਇਹਦੇ ਨਾਲੋਂ ਵੱਡੀ ਬੇਸ਼ਰਮੀ ਵਾਲੀ ਗੱਲ ਹੋਰ ਕਿਹੜੀ ਹੋ ਸਕਦੀ ਹੈ। ਇਸ ਵੇਲੇ ਮੈਂ ਤਾਂ ਕਹਿੰਦਾ ਕਿ ਇਹਨਾਂ ਵਿਧਾਇਕਾਂ ਨੂੰ ਇੱਕ ਟਰਾਲੀ 'ਚ ਬਿਠਾਉਣਾ ਚਾਹੀਦਾ, 5-7 ਟਰਾਲੀਆਂ ਲੈ ਲਓ ਤੇ ਇਹਨਾਂ ਨੂੰ ਪੰਜਾਬ ਦੇ ਪਿੰਡਾਂ 'ਚ ਫੇਰਨਾ ਚਾਹੀਦਾ, ਪ੍ਰਾਇਮਰੀ ਸਕੂਲਾਂ ਦੇ ਵਿੱਚ ਜਾ ਕੇ ਵਿਖਾਉਣਾ ਚਾਹੀਦਾ। ਤੇ ਤੁਸੀਂ ਦੇਖੋ ਕਿ ਬੱਚਿਆਂ ਦੇ ਕੋਲ ਤਾਂ ਬੂਟ ਵੀ ਨਹੀਂ ਹੈਗੇ, ਇੰਨੀ ਠੰਡ ਦੇ ਵਿੱਚ ਵੀ ਬੱਚੇ ਚੱਪਲਾਂ ਪਾ ਕੇ ਆਉਂਦੇ ਆ। ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਭਾਈ ਤੁਸੀਂ ਕਦੇ ਠੁਰ ਠੁਰ ਕਰਦੇ, ਛੋਟੇ ਛੋਟੇ ਬੱਚੇ ਪੰਜਾਬ ਦੇ ਬਾਜ਼ਾਰਾਂ 'ਚ ਚੀਜ਼ਾਂ ਵੇਚਦੇ ਨਹੀਂ ਵੇਖੇ, ਤੁਸੀਂ ਹਸਪਤਾਲਾਂ ਦੇ ਵਿੱਚ ਬਿਨਾਂ ਦਵਾਈ ਤੋਂ ਬਿਨਾਂ ਇਲਾਜ ਤੋਂ ਮਰਦੇ ਹੋਏ ਲੋਕਾਂ ਦੀਆਂ ਚੀਕਾਂ ਨਹੀਂ ਸੁਣੀਆਂ, ਤੁਸੀਂ ਕਦੇ ਉਹਨਾਂ ਪੰਜਾਬ ਦੇ ਵਿਦਿਆਰਥੀਆਂ ਦੀ ਗੱਲ ਨਹੀਂ ਸੁਣੀ ਜਿਹੜੇ ਵਿਦਿਆਰਥੀ ਪੜ੍ਹਨਾ ਚਾਹੁੰਦੇ ਆ, ਲਿਆਕਤ ਆ, ਕੈਲੀਬਰ ਹੈ, ਪਰ ਫੀਸਾਂ ਧੇਲੇ ਉਹਨਾਂ ਕੋਲ ਹੈ ਨਹੀਂ। ਇਹ ਸਾਰੀਆਂ ਚੀਜ਼ਾਂ ਜਿੰਨੀ ਦੇਰ ਸਾਡੇ ਸਿਆਸਤਦਾਨਾਂ ਦੇ ਗਲੇ ਤੋਂ ਹੇਠਾਂ ਨਹੀਂ ਉਤਰਦੀਆਂ ਨਾ ਹਰਕਮਲ ਸਿੰਘ ਜੀ, ਉਨੀ ਦੇਰ ਤਾਂ ਸਾਡਾ ਵਹਿਮ ਹੈ ਕਿ ਇਹਨਾਂ ਨੇ ਸਾਡੇ ਪੱਖ ਦੀ ਗੱਲ ਕਰਨੀ ਹੈ। ਜਦੋਂ ਸਾਡੇ ਪਿੰਡਾਂ 'ਚ ਆਉਣਗੇ, ਸ਼ਹਿਰਾਂ ਤੇ ਕਸਬਿਆਂ 'ਚ ਆਉਣਗੇ, ਗੱਲਾਂ ਬੜੀਆਂ ਮਿੱਠੀਆਂ ਕਰਨਗੇ, ਮੋਮੋ ਠਗਣੀਆਂ ਮਾਰਨਗੇ, ਸਾਨੂੰ ਏਦਾਂ ਅਹਿਸਾਸ ਕਰਾਉਣਗੇ ਕਿ ਅਸੀਂ ਤਾਂ 24 ਘੰਟੇ ਸੋਚਦੇ ਹੀ ਪੰਜਾਬ ਦੇ ਲੋਕਾਂ ਬਾਰੇ ਆ, ਸਾਨੂੰ ਆਪਣਾ ਤਾਂ ਕੁਝ ਹੈ ਹੀ ਨਹੀਂ, ਪਰ ਇਹਨਾਂ ਦੇ ਜਿਹੜੇ ਕੰਮ ਨੇ, ਇਹਨਾਂ ਦੇ ਜਿਹੜੇ ਪ੍ਰੈਕਟੀਕਲੀ ਵਰਕ ਨੇ, ਉਹ ਬਿਲਕੁਲ ਸਾਫ਼ ਤੇ ਸਪਸ਼ਟ ਰੂਪ ਦੇ ਵਿੱਚ ਸਾਨੂੰ ਦੱਸਦੇ ਆ ਕਿ ਇਹ ਨਿੱਜੀ ਤੌਰ ਤੇ ਪੈਸਾ ਧੇਲਾ ਇਕੱਠਾ ਕਰਨ ਦੇ ਵੱਲ ਵੱਧ ਧਿਆਨ ਰੱਖਦੇ ਆ, ਲੋਕਾਂ ਵੱਲ ਘੱਟ। ਦੋ ਪ੍ਰਪੋਜ਼ਲ ਹੁਣ ਤੱਕ ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦਿੱਤੀਆਂ। ਇੱਕ ਦਿੱਤੀ ਸੀ ਕਿ ਜਿਹੜੇ ਪੰਜਾਬ ਦੇ ਵਿਧਾਇਕ ਭਾਈ ਸਰਦੇ ਪੁੱਜਦੇ ਆ, ਆ ਖੇਤੀਬਾੜੀ ਦੇ ਲਈ ਜਿਹੜੀ ਬਿਜਲੀ ਸਬਸਿਡੀ ਹੈ ਉਹ ਛੱਡ ਦਿਓ ਬਿੱਲ ਦੇਣ ਲੱਗ ਪਓ, ਆ ਦੂਜੀ ਪ੍ਰਪੋਜ਼ਲ ਆ ਦਿੱਤੀ ਸੀ ਇਨਕਮ ਟੈਕਸ ਵਾਲੀ। ਪਰ ਦੋਵੇਂ ਮੁੱਦਿਆਂ ਤੇ ਕੈਪਟਨ ਸਾਹਿਬ ਦੇ ਸੁਨੇਹ ਨੂੰ ਕਿਸੇ ਨਹੀਂ ਪੁੱਛਿਆ। ਵੈਸੇ ਤਾਂ ਉਹ ਚੰਗਾ ਹੁੰਦਾ, ਫੈਸਲਾ ਹੀ ਕਰ ਦਿੰਦੇ, ਫੈਸਲਾ ਕਰਕੇ ਲਾਗੂ ਕਰ ਦਿੰਦੇ, ਕੋਈ ਕਿੰਤੂ ਪਰੰਤੂ ਕਰਦੇ ਹੀ ਨਾ, ਫੈਸਲਾ ਉਹਨਾਂ ਵੀ ਨਹੀਂ ਕੀਤਾ। ਤੇ ਦੂਸਰੇ ਪਾਸੇ ਇਹ ਅੰਕੜੇ ਕਹਿੰਦੇ ਆ, ਵਿਧਾਇਕਾਂ ਨੇ ਆਪ ਦੱਸਿਆ ਸੀ ਕਿ ਪੰਜਾਬ ਦੇ 81% 81% ਵਿਧਾਇਕ ਜਿਹੜੇ ਨੇ ਉਹ ਕਰੋੜਪਤੀ ਨੇ, ਤੇ ਜੇ 81% ਕਰੋੜਪਤੀ ਵਿਧਾਇਕ ਇਨਕਮ ਟੈਕਸ ਵੀ ਖੁਦ ਨਹੀਂ ਦੇ ਸਕਦੇ, ਉਹ ਬਿਜਲੀ ਦੀ ਸਬਸਿਡੀ ਛੱਡਣ ਨੂੰ ਵੀ ਤਿਆਰ ਨਹੀਂ, ਤਾਂ ਇਹਦਾ ਮਤਲਬ ਹੈ ਕਿ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਸੋਚਣਾ ਪਏਗਾ ਕਿ ਉਹਨਾਂ ਨੇ ਆਪਣਾ ਸੂਬਾ ਕਿਹਨਾਂ ਦੇ ਹੱਥ ਦੇ ਦਿੱਤਾ ਹੈ। ਜੀ, ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ। 2017 'ਚ ਜਦੋਂ ਇਲੈਕਸ਼ਨਾਂ ਹੋਈਆਂ, ਇੱਕ ਬੜਾ ਵੱਡਾ ਝਟਕਾ ਲੱਗਿਆ ਤੀਸਰੇ ਨੰਬਰ 'ਤੇ ਜਾਣ ਦਾ ਉਹਨਾਂ ਨੂੰ। ਉਸ ਤੋਂ ਬਾਅਦ ਛੋਟੇ ਛੋਟੇ ਇੰਨੇ ਕੁ ਝਟਕੇ ਲੱਗ ਗਏ ਕਿ ਆਮ ਕੋਈ ਮਾੜੀ ਪਾਰਟੀ ਹੁੰਦੀ ਤਾਂ ਕਦੋਂ ਦੀ ਕੌਮਾਂ 'ਚ ਚਲੀ ਜਾਂਦੀ ਉਹ। ਅਤੇ ਹੁਣ ਜਿਹੜੇ ਸੁਖਬੀਰ ਸਿੰਘ ਬਾਦਲ ਨੇ, ਪ੍ਰਧਾਨ ਨੇ ਉਹਨਾਂ ਦੇ, ਉਹ ਕੀ ਸਰਗਰਮੀਆਂ ਕਰ ਰਹੇ ਨੇ ਇਹਨੂੰ ਪੈਰਾਂ ਸਿਰ ਰੱਖਣ ਲਈ, ਕਿਉਂਕਿ 2019 ਦੀਆਂ ਚੋਣਾਂ ਵੀ ਨੇੜੇ ਨੇ। ਦੇਖੋ ਕਮਲ ਸਿੰਘ ਜੀ, ਗੱਲ ਇਹ ਹੈ ਕਿ ਇਹ ਹਰ ਇੱਕ ਪਾਰਟੀ ਦੀ ਇਸ ਵੇਲੇ ਲੋੜ ਬਣ ਗਈ ਹੈ ਕਿ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਉਹ ਸਿਆਸੀ ਸਰਗਰਮੀਆਂ ਕਰੇ, ਕਿਉਂਕਿ ਜੇ ਤੈਅ ਸਮੇਂ ਦੇ ਮੁਤਾਬਿਕ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਅਪ੍ਰੈਲ ਤੇ ਮਈ ਦੇ ਵਿੱਚ ਵੋਟਾਂ ਪੈਣਗੀਆਂ, ਫਰਵਰੀ ਦੇ ਵਿੱਚ ਕੋਡ ਆਫ ਕੰਡਕਟ ਲੱਗੂ, ਤੇ ਮਹੀਨੇ ਕਿੰਨੇ ਰਹਿ ਗਏ, 2। ਇਹਨਾਂ 2 ਮਹੀਨਿਆਂ ਦੇ ਵਿੱਚ ਹੀ ਸਾਰਾ ਕੁਝ ਕਰਨਾ ਪੈਣਾ, ਇਹਨਾਂ 2 ਮਹੀਨਿਆਂ ਦੇ ਵਿੱਚ ਹੀ ਸਾਰਾ ਕੁਝ ਨਿਬੜਨਾ, ਅੱਗੇ ਪਿੱਛੇ ਕੁਝ ਨਹੀਂ ਚੱਲਣਾ। ਜੀ, ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਤੁਸੀਂ ਬਿਲਕੁਲ ਦਰੁਸਤ ਆਖਿਆ ਕਿ ਇਹ ਜ਼ਿਮਨੀ ਚੋਣਾਂ ਵੀ ਹਰ ਗਈ, ਵਿਧਾਨ ਸਭਾ ਦੀ ਚੋਣ ਵੀ ਹਰ ਗਈ, ਹੋਰ ਵੀ ਕਈ ਝਟਕੇ ਲੱਗੇ, ਕਦੇ SIT ਵਾਲੇ ਸੱਦ ਲੈਂਦੇ ਆ, ਕਦੇ ਇਹਨਾਂ ਨੂੰ ਆਪ ਗੁਰੂ ਘਰਾਂ ਦੇ ਵਿੱਚ ਜਾ ਕੇ ਬਰਤਨ ਸਾਫ਼ ਕਰਨ ਦਾ ਚੇਤਾ ਆਉਂਦਾ, ਉੱਥੋਂ ਜਾ ਕੇ ਸੰਗਤ ਦੇ ਜਿਹੜੇ ਆ ਜੋੜੇ ਝਾੜਨ ਦਾ ਚੇਤਾ ਆਉਂਦਾ, ਖਿਮਾ ਜਾਚਨਾ ਕਰਨ ਦਾ ਚੇਤਾ ਆਉਂਦਾ। ਦੇਖੋ ਕੋਈ ਮਾੜੀ ਗੱਲ ਨਹੀਂ ਹੈ ਸਾਰਾ ਕੁਝ ਕਰਨਾ,
पर सवाल यह पैदा हो रहा कि अकाली दल ने एक तो बाद एक चार फैसले ले, एक खिमा जाचना का, दूसरा अकाली दल के स्थापना दिवस में मना के टकसाली अकाली वर्करां ते लीडरां नूं सन्मानित करन दा, तीसरा आप इस अकाली दल दे यूथ विंग नूं जानी के हरियावल दस्ते नूं दुबारा बनाउण दा, चौथा अकाली दल दा विद्यार्थी विंग जिहनूं सोई कहिंदे आ स्टूडेंट ऑर्गेनाइजेशन ऑफ इंडिया, उहदा सारे दा सारा ताणा बाणा जिहड़ा उह बदलाउण दा सारा कुछ उहनां ने करता। उहदे तों बाद हुण सुखबीर सिंह बादल होरां ने लोक सभा दीआं चोणां दे लई वख-वख हलकिआं दा दौरा करना शुरू करता, हालांकि वोटां लोकां ने पाउणियां, लोकां दे विच जाणा चाहीदा, पर पहले पड़ाव विच उन्होंने अकाली दल की लीडरशिप से अकाली दल के वर्करां दे नाल मुलाकात करन दा सिलसिला विढ़िया। मानसा बठिंडा तो बीबी हरसिमरत कौर बादल ने चोण लड़ रही है, इस करके उधर तो उन्होंने चक्कर लगते ही है, पर हुण किसी होर हल्के दे विच संगरूर च पहुंचे है। संगरूर श्रोमणी अकाली दल बादल दे लई हरकमल सिंह जी बहुत महत्वपूर्ण है, महत्वपूर्ण इस करके नहीं कि सीट जित के किसी वड्डे बंदे नूं हराउणा, इस करके कि पिछले 15 सालों तो संगरूर लोक सभा हल्के दे विच अकाली दल का झंडा लैके घूमण वाले सुखदेव सिंह ढींसा साहब जिहड़े आ उह इस वेले सरगर्म सियासत तो लांभे हो गए, उन्होंने श्रोमणी अकाली दल के अहुदे छड्ड दित्ते, मुढ़ले मैंबर उह हैगे आ। इस करके सुखबीर सिंह बादल साहब के सामने चुनौती कि सुखदेव सिंह ढींसा के सरगर्म सियासत दे विचों लांभे होण दे नाल पैण वाला घाटा पूरा किवें कीता जाए, दूसरी चुनौती कि इत्थों पिछली बार भगवंत मान ने अकाली दल के कैंडीडेट नूं 2 लाख तो भी वध वोटां दे फर्क नाल हराया सी। श्रोमणी अकाली दल चाहुंदा है कि जे जित ना भी सकीए तां घट्टो घट ऐतकी वोटां दा फर्क इन्ना घट कर लईए जिहदे नाल कि लोकां नूं इह होवे कि अकाली दल दुबारा लोकां दे उत्ते पकड़ जिहड़ी अपनी बणाउंदा जा रिहा। हुण सुखबीर सिंह बादल साहब संगरूर गए, परमिंदर सिंह ढींसा नाल बैठे, इकबाल सिंह झूंडा, विनरजीत गोल्डी ਇਹ ਵੀ ਨਾਲ ਬੈਠੇ, SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਵੀ ਬੈਠੇ। 7 ਵਿਧਾਨ ਸਭਾ ਹਲਕੇ ਜਿਹੜੇ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਅਧੀਨ ਆਉਂਦੇ ਆ, ਉਹਨਾਂ ਹਲਕਿਆਂ ਦੇ ਅਕਾਲੀ ਲੀਡਰਾਂ ਨੂੰ ਇੰਚਾਰਜਾਂ ਨੂੰ ਸੱਦਿਆ ਗਿਆ, 7 ਹਲਕਿਆਂ ਦੇ ਲੀਡਰਾਂ ਨਾਲ ਬੰਦ ਕਮਰਾ ਮੁਲਾਕਾਤ ਵੀ ਵੱਖੋ ਵੱਖਰਿਆਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੀਤੀ, ਉਹਦੇ ਤੋਂ ਬਾਅਦ ਇੱਕ ਸਾਂਝੀ ਮੀਟਿੰਗ ਵੀ ਕੀਤੀ। ਉਸ ਬੰਦ ਕਮਰਾ ਮੀਟਿੰਗ ਤੇ ਸਾਂਝੀ ਮੀਟਿੰਗ ਦੇ ਵਿੱਚੋਂ ਇਹ ਲੱਭਣ ਦਾ ਯਤਨ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੀਤਾ ਕਿ ਆਉਣ ਵਾਲੀ ਲੋਕ ਸਭਾ ਦੀ ਚੋਣ ਦੇ ਵਿੱਚ ਅਸੀਂ ਸੰਗਰੂਰ ਤੋਂ ਉਮੀਦਵਾਰ ਕਿਹਨੂੰ ਬਣਾਈਏ, ਕਿਹੜਾ ਬੰਦਾ ਸ਼੍ਰੋਮਣੀ ਅਕਾਲੀ ਦਲ ਦੇ ਚਿੱਕੜ ਦੇ ਵਿੱਚ ਫਸੇ ਹੋਏ ਸਿਆਸੀ ਗੱਡੇ ਨੂੰ ਕੱਢ ਕੇ ਬਾਹਰ ਲਿਆ ਸਕਦਾ ਤੇ ਧੋ ਬਣਾ ਕੇ ਉਹਨੂੰ ਸਾਫ਼ ਸੁਥਰਾ ਵੀ ਰੱਖ ਸਕਦਾ। ਇੱਥੇ ਇੱਕ ਬਹੁਤ ਵੱਡਾ ਮਸਲਾ ਖੜਾ ਹੋ ਗਿਆ। ਦੇਖੋ ਜਦੋਂ ਦੇ ਸੁਖਦੇਵ ਸਿੰਘ ਢੀਂਸਾ ਤੇ ਬਰਨਾਲਾ ਪਰਿਵਾਰ ਸੰਗਰੂਰ ਦੇ ਵਿੱਚ ਜਵਾਨ ਹੋਏ ਸੀ ਸਿਆਸੀ ਤੌਰ ਤੇ, ਇਹਨਾਂ ਦਾ ਇੱਟ ਖੜਕਾ ਰਿਹਾ ਜੇ ਬਰਨਾਲਾ ਸਾਹਿਬ ਨੇ ਖੜਨਾ ਤਾਂ ਢੀਂਸਾ ਸਾਹਿਬ ਦੇ ਧੜੇ ਨੇ ਨਾ ਜਿੱਤਣ ਦੇਣਾ, ਜਦੋਂ ਢੀਂਸਾ ਸਾਹਿਬ ਖੜਦੇ ਰਿਹਾ ਤਾਂ ਬਰਨਾਲਾ ਸਾਹਿਬ ਦਾ ਧੜਾ ਨਹੀਂ ਸੀ ਜਿੱਤਣ ਦਿੰਦਾ। ਐਤਕੀ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਕਿ ਢੀਂਸਾ ਸਾਹਿਬ ਤਾਂ ਪਿਛਾਂ ਹੋ ਗਏ, ਬਰਨਾਲਾ ਪਰਿਵਾਰ ਨਾਲ ਆ ਗਿਆ, ਕਿਉਂ ਨਾ ਆਪਾਂ ਘੱਟੋ ਘੱਟ ਮਤਭੇਦ ਮਿਟਾ ਦਈਏ, ਜਿਹੜੀਆਂ ਆਪਾਂ ਹਾਰਾਂ ਖੁਦ ਲਿਖ ਲੈਂਦੇ ਹਾਂ ਨਾ ਉਹਨਾਂ ਤੋਂ ਦੂਰ ਹੋਈਏ, ਪਰ ਇੱਦਾਂ ਹੋ ਨਹੀਂ ਸਕਿਆ। ਦਿੜਬਾ ਹਲਕੇ ਦਾ ਇੱਕ ਆਗੂ ਆ ਕਰਨੈਲ ਸਿੰਘ, ਦੂਸਰਾ ਹੈਗਾ ਗੁਰਬਚਨ ਸਿੰਘ ਬੱਚੀ ਪਾਵਰਕਾਮ ਵਾਲਾ, ਉਹ ਦੋਵੇਂ ਇੱਕ ਦੂਜੇ ਨਾਲ ਮਿਹਣੇ ਦੇਣ ਲੱਗ ਪਏ, ਇੱਕ ਦੂਜੇ ਦੇ ਉੱਤੇ ਗੰਭੀਰ ਇਲਜ਼ਾਮ ਲਾਉਣ ਲੱਗ ਪਏ, ਮਸਾਂ ਛੁੜਾਏ ਨਹੀਂ ਤਾਂ ਉਹਨਾਂ ਨੇ ਹੱਥੋਂ ਪਾਈ ਵੀ ਹੋ ਜਾਣਾ ਸੀ। ਸੁਖਬੀਰ ਸਿੰਘ ਬਾਦਲ ਸਾਹਿਬ ਦੇ ਸਾਹਮਣੇ ਅਕਾਲੀ ਦਲ ਦੇ ਉਹਨਾਂ ਲੀਡਰਾਂ ਦੀ ਆਪਸ ਵਿੱਚ ਹੋਈ ਤਲਕਲਾਮੀ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਇਹ ਸੁਣਿਆ ਤਾਂ ਦੇ ਗਈ ਕਿ ਭਾਈ ਇੰਨੇ ਲੰਬੇ ਸਮੇਂ ਦੀ ਜਿਹੜੀ ਅਕਾਲੀ ਦਲ ਦੇ ਸੰਗਰੂਰ ਦੇ ਵਿੱਚ ਫੁੱਟ ਹੈ ਨਾ, ਇੰਨੀ ਛੇਤੀ ਨਹੀਂ ਜੇ ਉਹ ਖਤਮ ਹੋਣੀ, ਇਸ ਕਰਕੇ ਅਕਾਲੀ ਦਲ ਸੰਗਰੂਰ ਤੋਂ ਐਤਕੀ ਵੀ ਬਹੁਤੀ ਆਸ ਨਾ ਰੱਖੇ ਤਾਂ ਹੀ ਚੰਗਾ। ਜੀ ਬਾਟ ਸਾਹਿਬ, ਉੱਧਰ ਖੈਰੇ ਹੁਣ ਜਿਹੜਾ ਗੱਠਜੋੜ ਹੋਇਆ ਸੀਗਾ ਉਹਦਾ ਕੀ ਹਾਲ ਚਾਲ ਹੈ? ਹਰਕਮਲ ਸਿੰਘ ਜੀ, ਦੇਖੋ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਉਹਨਾਂ ਨੇ ਬਣਾਇਆ, ਉਹਦੇ ਵਿੱਚ 4-5 ਧਿਰਾਂ ਨੇ। ਇੱਕ ਬੈਂਸ ਭਰਾਵਾਂ ਦੀ ਪਾਰਟੀ ਹੈ, ਖਹਿਰਾ ਸਾਹਿਬ ਦੀ ਸੰਭਾਵੀ ਬਣਨ ਵਾਲੀ ਪਾਰਟੀ ਹੈ, ਪੰਜਾਬ ਮੰਚ ਡਾਕਟਰ ਗਾਂਧੀ ਦਾ, ਤੇ ਬਾਹਰਲੇ ਪਾਸਿਓਂ 2 ਧਿਰਾਂ ਇਹਨਾਂ ਨੂੰ ਹੋਰ ਸਪੋਰਟ ਦਿੰਦੀਆਂ, ਇੱਕ ਬਹੁਜਨ ਸਮਾਜ ਪਾਰਟੀ, ਇੱਕ ਭਾਈ ਮੋਹਕਮ ਸਿੰਘ ਦਾ ਯੂਨਾਈਟਡ ਅਕਾਲੀ ਦਲ, ਇੱਕ 6ਵੀਂ ਧਿਰ ਹੈ ਜਿਹੜੀ ਅਜੇ ਨਵੀਂ ਨਵੀਂ ਬਣੀ ਹੈ, ਪਰ ਉਸ ਧਿਰ ਨੂੰ ਵੀ ਕਿਤੇ ਨਾ ਕਿਤੇ ਆ ਕੇ ਲੱਗਦਾ ਕਿ ਇਹਨਾਂ ਦੇ ਨਾਲ ਜੁੜਨਾ ਪੈਣਾ। ਸੋ ਇਹ 6 ਧਿਰਾਂ ਨੇ ਜਿਹੜੀਆਂ ਧਿਰਾਂ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਕੱਠੀਆਂ ਹੋ ਕੇ ਚੱਲ ਸਕਦੀਆਂ, ਪਰ ਇਹ ਜੋ ਦੂਰ ਦੀਆਂ ਗੱਲਾਂ, ਦੇਖੋ ਜਿੱਦਣ ਪਟਿਆਲੇ ਦੇ ਵਿੱਚ 16 ਤਰੀਕ ਨੂੰ ਇਹਨਾਂ ਨੇ ਇਕੱਠ ਕਰਕੇ ਇਸ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦਾ ਐਲਾਨ ਕੀਤਾ ਨਾ ਕਿ ਭਾਈ ਅਸੀਂ ਇਹ ਬਣਾ ਲਿਆ, ਅਸੀਂ ਪੰਜਾਬ ਦੇ ਮੁੱਦਿਆਂ ਤੇ ਸਰਗਰਮੀ ਕਰਾਂਗੇ, ਉਦੋਂ ਡਾਕਟਰ ਗਾਂਧੀ ਨੇ ਵੀ ਸੰਬੋਧਨ ਕੀਤਾ, ਬੈਂਸ ਭਰਾਵਾਂ ਨੇ ਵੀ ਕੀਤਾ, ਖਹਿਰਾ ਸਾਹਿਬ ਨੇ ਵੀ ਕੀਤਾ। ਖਹਿਰਾ ਸਾਹਿਬ ਦਾ ਸੰਬੋਧਨ ਅੰਤ 'ਚ ਸੀ, ਤੇ ਜਦੋਂ ਸੰਬੋਧਨ ਅੰਤ ਦੇ ਵਿੱਚ ਸੀ
ਤਾਂ ਖਹਿਰਾ ਸਾਹਿਬ ਨੇ ਚਾਰ ਮਤੇ ਪਾਸ ਕਰਾਤੇ। ਉਹ ਚਾਰ ਮਤੇ ਪਾਸ ਕਰਾਤੇ, ਮੇਲਾ ਵਿਛੜ ਗਿਆ। ਪਰ ਉਹਦੇ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਡਾਕਟਰ ਧਰਮਵੀਰ ਗਾਂਧੀ ਨੇ ਇੱਕ ਟਿੱਪਣੀ ਕੀਤੀ। ਉਹ ਕਹਿੰਦੇ ਜੀ ਦੇਖੋ ਗੱਲ ਬੜੀ ਸਿੱਧੀ ਪੱਧਰੀ ਹੈ, ਅਸੀਂ ਇਕੱਠੇ ਹੋ ਕੇ ਚੱਲਣਾ ਚਾਹੁੰਦੇ ਹਾਂ, ਪੰਜਾਬ ਦੇ ਲੋਕਾਂ ਦੀ ਲੋੜ ਹੈ ਤੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਚੱਲੀਏ। ਇਕੱਠੇ ਹੋ ਕੇ ਚੱਲਣ ਦੇ ਨਾਲ ਪੰਜਾਬ ਦੇ ਮੁੱਦੇ ਚੁੱਕੀਏ, ਜਿਹੜੇ ਮੁੱਦਿਆਂ ਨੂੰ ਰਵਾਇਤੀ ਪਾਰਟੀਆਂ ਨੇ ਮੁੱਖ ਧਾਰਾ ਤੋਂ ਬਾਹਰ ਕਰ ਦਿੱਤਾ, ਉਹਨਾਂ ਨੂੰ ਦੁਬਾਰਾ ਮੁੱਖ ਧਾਰਾ ਦੇ ਵਿੱਚ ਲੈ ਕੇ ਆਈਏ। ਪਰ ਉਹ ਕਹਿੰਦੇ ਕਿ ਜਦੋਂ ਆਪਣਾ ਗੱਠਜੁੜ ਹੋ ਗਿਆ, ਜਦੋਂ ਆਪਾਂ ਇੱਕ ਤੋਂ ਵੱਧ ਲੋਕ ਇੱਕ ਥਾਂ ਦੇ ਉੱਤੇ ਇਕੱਠੇ ਹੋ ਗਏ, ਤਾਂ ਫਿਰ ਸਾਨੂੰ ਜਿਹੜੇ ਵੀ ਮਤੇ ਪਾਸ ਕਰਾਉਣੇ ਆ, ਜਿਹੜੇ ਵੀ ਫੈਸਲੇ ਲੋਕਾਂ ਦੇ ਸਾਹਮਣੇ ਅਨਾਊਂਸ ਕਰਨੇ ਆ, ਉਹਨਾਂ ਦਾ ਪਹਿਲਾਂ ਆਪਸ ਵਿੱਚ ਵਿਚਾਰ ਕਰਨਾ ਚਾਹੀਦਾ। ਦੋ ਮਤਿਆਂ ਦੇ ਉੱਤੇ ਇਤਰਾਜ਼ ਕੀਤਾ। ਉਹ ਕਹਿੰਦੇ ਇੱਕ ਮਤਾ ਪਾਸ ਕਰਾਇਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਅਵਾਰਡ ਵਾਪਸ ਲਓ, ਦੂਸਰਾ ਮਤਾ ਕਿ ਹੋ ਸਕਦਾ ਕੋਈ ਧਾਰਮਿਕ ਮੋਰਚਾ ਲੱਗ ਜਾ। ਕਹਿੰਦੇ ਮੈਂ ਦੋਨਾਂ ਦੇ ਨਾਲ ਸਹਿਮਤ ਨਹੀਂ। ਇਸ ਕਰਕੇ ਕਹਿੰਦੇ ਸਹਿਮਤ ਨਹੀਂ ਹੈਗਾ ਕਿ ਮੁੱਦੇ ਗਲਤ ਨੇ, ਮੁੱਦੇ ਠੀਕ ਨੇ, ਪਰ ਉਹ ਕਹਿੰਦੇ ਹਾਲ ਦੀ ਘੜੀ ਸਭ ਤੋਂ ਪਹਿਲਾਂ ਐਜੂਕੇਸ਼ਨ, ਹੈਲਥ, ਨਸ਼ੇ, ਭ੍ਰਿਸ਼ਟਾਚਾਰ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸਾਨੂੰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ, ਤਾਂ ਜੋ ਲੋਕਾਂ ਦੀਆਂ ਅਸਲ ਸਮੱਸਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਅੱਗੇ ਲਿਆ ਸਕੀਏ। ਚਲੋ ਹੁਣ ਦੇਖੋ ਇਹ ਜਿਹੜੀ ਧੜੇਬੰਦੀ ਹੈ ਨਾ, ਇਹ ਮੁੱਢਲੇ ਪੱਧਰ ਦੀ ਤੇ ਪੇਤਲੀ ਹੈ। ਇਹ ਲਗਾਤਾਰ ਆਉਣੀਆਂ ਇੱਦਾਂ ਦੀਆਂ ਗੱਲਾਂ, ਵਿਚਾਰਧਾਰਕ ਬਖਰੇਵੇਂ ਇਹਨਾਂ 'ਚ ਚੱਲਣੇ ਨੇ, ਕਿਉਂਕਿ ਜਦੋਂ ਚਾਰ ਪੰਜ ਧਿਰਾਂ ਨੇ, ਜ਼ਰੂਰੀ ਥੋੜ੍ਹੀ ਹੈ ਕਿ ਹਰ ਇੱਕ ਧਿਰ ਦੂਸਰੇ ਦੀ ਗੱਲ ਮੰਨ ਲੈ, ਜ਼ਰੂਰੀ ਥੋੜ੍ਹੀ ਹੈ ਕਿ ਹਰ ਇੱਕ ਮੁੱਦੇ ਦੇ ਉੱਤੇ ਸਾਡੇ ਵਿਚਾਰ ਜਿਹੜੇ ਹੈ ਉਹ ਇੱਕ ਦੂਜੇ ਦੇ ਨਾਲ ਰਲਦੇ ਮਿਲਦੇ ਹੋਣ, ਪਰ ਚੰਗੀ ਗੱਲ ਇਹ ਹੈ ਕਿ ਜਦੋਂ ਹੀ ਕਦੇ ਇਦਾਂ ਦਾ ਪੁਆੜਾ ਪਵੇ, ਉਸੇ ਵੇਲੇ ਸਾਰੇ ਬੰਦੇ ਇਕੱਠੇ ਹੋ ਕੇ ਸਿਰ ਜੁੜ ਲੈਣ, ਆਪਣੀ ਗੱਲ ਉੱਥੇ ਸਪਸ਼ਟ ਕਰ ਦੇਣ। ਸੁਖਪਾਲ ਸਿੰਘ ਖਹਿਰਾ ਨੇ ਤੁਰੰਤ ਬਾਅਦ ਇੱਕ ਚੰਗਾ ਕੰਮ ਕੀਤਾ, ਉਹਨਾਂ ਨੇ ਡਾਕਟਰ ਗਾਂਧੀ ਨੂੰ ਟੈਲੀਫੋਨ ਕਰ ਲਿਆ। ਟੈਲੀਫੋਨ ਕਰਕੇ ਪੱਤਰਕਾਰਾਂ ਦੇ ਨਾਲ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਦੇਖੋ ਜੀ ਡਾਕਟਰ ਗਾਂਧੀ ਦੇ ਨਾਲ ਕੋਈ ਰੌਲਾ ਨਹੀਂ, ਗੱਲ ਉਹਨਾਂ ਦੇ ਨਾਲ ਹੋ ਗਈ ਹੈ, ਅਸੀਂ ਕੋਈ ਧਾਰਮਿਕ ਮੋਰਚਾ ਨਹੀਂ ਲਾਉਣ ਜਾ ਰਹੇ, ਭਵਿੱਖ ਦੇ ਵਿੱਚ ਹਰ ਇੱਕ ਫੈਸਲਾ ਸਲਾਹ ਦੇ ਨਾਲ ਹੋਏਗਾ। ਤੇ ਉਹ ਕਹਿੰਦੇ ਲੋੜ ਪੰਜਾਬ ਦੇ ਲੋਕਾਂ ਦੀ ਹੈ ਤੇ ਮੋਰਚਾ, ਕਿ ਅਸੀਂ ਪੰਜਾਬ ਦੇ ਲੋਕਾਂ ਦੀ ਲੋੜ ਤੋਂ ਕਦੇ ਪੈਰ ਜਿਹੜੇ ਉਹ ਪਿਛਾਂ ਨਹੀਂ ਖਿੱਚ ਸਕਦੇ। ਤੇ ਖਹਿਰਾ ਸਾਹਿਬ ਨੇ ਇੱਕ ਗੱਲ ਜ਼ਰੂਰ ਆਖੀ, ਉਹ ਕਹਿੰਦੇ ਕਿ ਜਿਹੜਾ ਨਵਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਿਆ, ਉਹਦੇ ਆਗੂਆਂ ਦੇ ਨਾਲ ਮੇਰਾ ਸੰਪਰਕ ਹੈ, ਬੜੀ ਛੇਤੀ ਅਸੀਂ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਇੱਕ ਨਵਾਂ ਜਿਹੜਾ ਉਹ ਮੋਰਚਾ ਤਾਂ ਨਹੀਂ ਕਹਿ ਸਕਦੇ, ਇੱਕ ਲਹਿਰ ਖੜੀ ਕਰਨ ਦਾ ਯਤਨ ਕਰਾਂਗੇ, ਜਿਹਦੇ ਨਾਲ ਕਿ ਪੰਜਾਬ ਦੇ ਭੱਖਦੇ ਮਸਲੇ ਜਿਹੜੇ ਆ ਉੱਪਰ ਆ ਸਕਣ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਇਹ ਲੀਡਰ ਕਿੰਨਾ ਕੁ ਸੰਜਮ ਦੇ ਨਾਲ ਅੱਗੇ ਨੂੰ ਵੱਧਦੇ ਆ, ਇੱਕ ਦੂਸਰੇ ਦੇ ਨਾਲ ਸਹਿਮਤੀ ਬਣਾ ਕੇ ਕਿੰਨਾ ਰੱਖਦੇ ਆ, ਕਿਉਂਕਿ ਜੇ ਇਹ ਪੰਜਾਬ ਡੈਮੋਕਰੇਟਿਕ ਅਲਾਇੰਸ ਵੀ ਢਹਿ ਢੇਰੀ ਹੋਇਆ ਤਾਂ ਚਾਰਾਂ ਪੰਜਾਂ ਧਿਰਾਂ ਦੇ ਵਿੱਚੋਂ ਕਿਸੇ ਵੀ ਧਿਰ ਦੇ ਪੱਲੇ ਪੈਣਾ ਕੱਖ ਨਹੀਂ। ਜੀ ਤੇ ਉਧਰ ਬਾੜ ਸਾਹਿਬ, ਅਕਾਲ ਤਖ਼ਤ ਤੇ ਜਥੇਦਾਰ ਸਾਹਿਬ ਵੱਲੋਂ ਪੰਚਾਇਤੀ ਚੋਣਾਂ ਸੰਬੰਧੀ ਲੋਕਾਂ ਨੂੰ ਅਪੀਲ ਕਰੇ ਜਾਣ ਦੀ ਖਬਰ ਹੈ, ਕੀ ਕਿਹਾ? ਹਰਕਮਲ ਸਿੰਘ ਜੀ ਦੇਖੋ ਅਪੀਲ ਤਾਂ ਉਹਨਾਂ ਨੇ ਕੀਤੀ ਹੈ ਚੰਗੀ, ਉਹ ਕਹਿੰਦੇ ਸਰਬਸੰਮਤੀ ਕਰੋ ਪਿੰਡਾਂ 'ਚ, ਪੰਚਾਇਤੀ ਚੋਣਾਂ ਦੇ ਵਿੱਚ ਨਸ਼ੇ ਨਾ ਵੰਡੋ, ਲੜਾਈ ਝਗੜਾ ਨਾ ਕਰੋ, ਸਹਿਮਤੀ ਦੇ ਨਾਲ ਸਿਆਣੇ ਬੰਦਿਆਂ ਨੂੰ ਪੰਚ ਸਰਪੰਚ ਚੁਣ ਲਓ, ਇਹ ਕੋਈ ਮਾੜੀ ਗੱਲ ਨਹੀਂ। ਪਰ ਇਹੀ ਅਪੀਲ ਜੇ 15-20 ਦਿਨ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਉਰੀਕ ਕਰ ਦਿੰਦੇ ਤਾਂ ਸ਼ਾਇਦ ਵੱਧ ਪ੍ਰਭਾਵ ਪੈਂਦਾ। ਉੱਧਰ ਥਾਪੇ ਗਿਆ ਜਥੇਦਾਰ ਵੀ ਅਪੀਲ ਕਰਨ, ਉਹ ਵੀ ਚੰਗਾ ਲੋਕਾਂ ਦੇ ਉੱਤੇ ਪ੍ਰਭਾਵ ਹੁੰਦਾ। ਦੇਖੋ ਗਿਆਨੀ ਹਰਪ੍ਰੀਤ ਸਿੰਘ ਉਰੀ, ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਕਿ 30 ਦਸੰਬਰ ਨੂੰ ਪੰਚਾਇਤੀ ਚੋਣਾਂ, ਪੰਚ ਸਰਪੰਚ ਚੁਣੇ ਜਾਣੇ ਆ, ਪੰਜਾਬ ਦੇ ਲੋਕੋ ਪਹਿਲੀ ਗੱਲ ਕਿ ਸਰਬਸੰਮਤੀ ਕਰੋ, ਦੂਸਰਾ ਝਗੜਿਆਂ ਤੋਂ ਬਚੋ, ਨਸ਼ੇ ਨਾ ਵੰਡੋ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੁੰਦਾ, ਸਮਾਗਮ ਚੱਲਦੇ ਆ, ਉਹਨਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹੀ ਹੈ ਕਿ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾਣ, ਨਸ਼ੇ ਨਾ ਵੰਡੇ ਜਾਣ, ਸੱਚਾ ਸਤਿਕਾਰ ਇਹੀ ਹੈ। ਦੂਸਰਾ ਉਹ ਕਹਿੰਦੇ ਅਸੀਂ ਤਾਂ ਪੰਜਾਬ ਦੀ ਸਰਕਾਰ ਨੂੰ ਕਿਹਾ ਸੀ ਕਿ 30 ਦਸੰਬਰ ਤੋਂ ਪੰਚਾਇਤੀ ਚੋਣਾਂ ਅੱਗੇ ਪਾ ਦਿਓ, ਪਰ ਸਰਕਾਰ ਨੇ ਗਲਤੀ ਕੀਤੀ, ਕੁਝ ਕਾਰਨ ਦੱਸ ਕੇ ਕੁਝ ਤਰਕ ਦੱਸ ਕੇ ਉਹ ਕਹਿੰਦੇ ਪੰਚਾਇਤੀ ਚੋਣਾਂ ਅੱਗੇ ਪਾਉਣ ਤੋਂ ਉਹਨਾਂ ਨੇ ਮਨਾ ਕਰ ਦਿੱਤਾ। ਚਲੋ ਇਹ ਵੀ ਗੱਲ ਠੀਕ ਹੈ। ਹੁਣ ਨਾਲ ਦੀ ਨਾਲ ਉਹਨਾਂ ਇਹ ਵੀ ਕਹਿ ਦਿੱਤਾ, ਉਹ ਕਹਿੰਦੇ ਕਿ ਦੇਖੋ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪਹਿਲੀ ਗੱਲ ਸਿਆਸੀ ਲੀਡਰਾਂ ਨੂੰ ਕੋਈ ਕਾਨਫਰੰਸ ਕਰਨੀ ਨਹੀਂ ਚਾਹੀਦੀ, ਸਿਆਸੀ ਜੇ ਕਰਨ ਤੋਂ ਨਹੀਂ ਰਿਹਾ ਜਾਂਦਾ ਤਾਂ ਉੱਥੇ ਧਿਆਨ ਰੱਖਿਆ ਜਾਵੇ ਕਿ ਨਿੱਜੀ ਦੂਸ਼ਣਬਾਜ਼ੀ ਤੇ ਨਿੱਜੀ ਜਿਹੜੀ ਤੋਹਮਤਬਾਜ਼ੀ ਹੈ ਉਹਦੇ ਤੋਂ ਮੁਕੰਮਲ ਰੂਪ ਦੇ ਵਿੱਚ ਗੁਰੇਜ਼ ਹੋਵੇ। ਹੁਣ ਹਰਕਮਲ ਸਿੰਘ ਜੀ ਇੱਕ ਬੇਨਤੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਸੰਗਤ ਨੂੰ ਕੀਤੀ ਹੈ ਕਿ ਤੁਸੀਂ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੋ, ਝਗੜਿਆਂ ਤੋਂ ਬਚੋ, ਨਸ਼ੇ ਤੋਂ ਬਚੋ। ਹੁਣ ਲੋਕ ਕਿੰਨਾ ਕੁ ਮੰਨਦੇ ਆ, ਤੇ ਦੂਜੇ ਪਾਸੇ ਦੂਸਰਾ ਜਿਹੜਾ ਗੱਲ ਹੈ ਉਹ ਲੀਡਰਾਂ ਦੇ ਲਈ ਹੈ ਕਿ ਤੁਸੀਂ ਐਵੇਂ ਨਾ ਰੌਲਾ ਪਾਈ ਜਾਇਓ, ਤੁਸੀਂ ਜੋ ਕੁਝ ਕਰਦੇ ਹੋ ਬਹੁਤੀਆਂ ਸਿਆਣੀਆਂ ਗੱਲਾਂ ਨਹੀਂ ਕਰਦੇ, ਤੁਸੀਂ ਉੱਥੇ ਜਾ ਕੇ ਕੋਈ ਐਸੀ ਗੱਲਬਾਤ ਬਿਲਕੁਲ ਨਾ ਕਰਿਓ
ਜੇ ਇਸ ਗੱਲ ਦੇ ਨਾਲ ਤੋਮਤਬਾਜ਼ੀ ਹੋਵੇ, ਲੋਕ ਕਿਸੇ ਹੋਰ ਭਾਵਨਾ ਦੇ ਨਾਲ ਉਹਨਾਂ ਦਿਨਾਂ 'ਚ ਗੁਰੂ ਘਰ ਆਉਂਦੇ ਆ, ਉਹਨਾਂ ਭਾਵਨਾਵਾਂ ਦੇ ਉੱਤੇ ਤੁਹਾਡੀਆਂ ਸਿਆਸੀ ਭਾਵਨਾਵਾਂ ਜਿਹੜੀਆਂ ਨੇ ਉਹ ਕਿਸੇ ਵੀ ਤਰੀਕੇ ਭਾਰੂ ਨਹੀਂ ਪੈਣੀਆਂ ਚਾਹੀਦੀਆਂ। ਹਰਕਮਲ ਸਿੰਘ ਜੀ ਇਹ ਗੱਲਾਂ ਜਿੰਨੀਆਂ ਵੀ ਕੀਤੀਆਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਨੇ ਚੰਗੀਆਂ ਕੀਤੀਆਂ, ਪਰ ਇੱਥੇ ਰੌਲਾ ਇਸ ਗੱਲ ਦਾ ਕਿ ਹੁਣ ਤਾਂ ਬਹੁਤਿਆਂ ਨੇ ਨੋਮੀਨੇਸ਼ਨ ਪੇਪਰ ਫਾਈਲ ਕਰਤੇ, ਹੁਣ ਤਾਂ ਕਈਆਂ ਲੋਕਾਂ ਦੇ ਸਿਰ ਸੁਰ ਪਾਟ ਹਟੇ, ਹੁਣ ਤਾਂ ਇੱਥੇ ਗੋਲੀਆਂ ਚੱਲ ਗਈਆਂ, ਲੋਕ ਹਸਪਤਾਲਾਂ ਦੇ ਵਿੱਚ ਬੈਠੇ ਨੇ। ਲੇਟ ਹੋ ਗਏ, ਦੇਰੀ ਕਰ ਦਿੱਤੀ, ਪਰ ਫਿਰ ਵੀ ਦੇਰੀ ਹੋ ਗਈ, ਕੋਈ ਗੱਲ ਨਹੀਂ। ਪੰਜਾਬ ਦੇ ਵਿੱਚ ਲੋਕਾਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ 30 ਦਸੰਬਰ ਤੋਂ ਬਾਅਦ ਜਿਹੜਾ 31 ਦਸੰਬਰ ਦਾ ਦਿਨ ਚੜ੍ਹਨਾ ਨਾ, ਸਾਡੇ ਪਿੰਡਾਂ ਦੇ ਆਲੇ ਦੁਆਲੇ ਲਿਫਾਫਿਆਂ ਦੇ ਢੇਰ ਉਦਾਂ ਹੀ ਲੱਗੇ ਹੋਣੇ ਆ, ਕਿਸੇ ਨੇ ਨਹੀਂ ਸਾਫ਼ ਕਰਨੇ। ਸਾਡੇ ਪਿੰਡਾਂ ਦੇ ਵਿੱਚ ਜੇ ਬਿਮਾਰੀ ਠਮਾਰੀ ਦੇ ਸ਼ਿਕਾਰ ਨੇ ਲੋਕ ਤਾਂ ਉਦਾਂ ਬਿਮਾਰ ਠਮਾਰ ਹੋਣੇ ਆ, ਕੋਈ ਸਾਨੂੰ ਵੱਜਵੇਂ ਪੈਸੇ ਨਹੀਂ ਮਿਲਣੇ। ਸਿਆਸਤਦਾਨਾਂ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਪਿੰਡਾਂ ਦੇ ਵਿੱਚ ਧੜੇਬੰਦੀਆਂ ਬਣਾ ਕੇ ਰੱਖਣ, ਉਹਨਾਂ ਦਾ ਵੋਟ ਬੈਂਕ ਵੱਜਿਆ ਰਹਿੰਦਾ, ਆਪੋ ਆਪਣਾ ਧੜਾ ਕਾਇਮ ਰੱਖਣ। ਪਰ ਸਭ ਤੋਂ ਵੱਡੀ ਗੱਲ ਕਿ ਅਸੀਂ ਸੋਚੀਏ ਸਾਨੂੰ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਕੀ ਚਾਹੀਦਾ। ਸਾਨੂੰ ਆਪਸੀ ਭਾਈਵਾਲਤਾ ਚਾਹੀਦੀ ਹੈ ਕਿ ਸਾਨੂੰ ਧੜੇਬੰਦੀਆਂ ਚਾਹੀਦੀਆਂ, ਕਿਉਂਕਿ ਜਿਸ ਤਰੀਕੇ ਦੇ ਨਾਲ ਕੱਲ ਗੋਲੀਬਾਰੀ ਪੰਜਾਬ ਦੇ ਕਈ ਇਲਾਕਿਆਂ 'ਚ ਹੋਈ ਹੈ ਪੰਚਾਇਤੀ ਚੋਣਾਂ 'ਚ, ਕਿ ਪੰਚਾਇਤੀ ਚੋਣਾਂ ਤਾਂ 5 ਸਾਲੀ ਜਾ ਕੇ ਖਤਮ ਵੀ ਹੋ ਜਾਣਾ ਕਾਰਜਕਾਲ, ਪਰ ਉਹਦੇ ਤੋਂ ਬਾਅਦ ਪਤਾ ਨਹੀਂ ਕਿੰਨੇ ਕੁ 5-5 ਸਾਲ ਪੰਜਾਬ ਦੇ ਕਈ ਪਿੰਡਾਂ ਦੇ ਲੋਕਾਂ ਦੇ ਜਿਹੜੇ ਸਿੱਧੇ ਤੌਰ ਤੇ ਕਚਹਿਰੀਆਂ 'ਚ ਲੰਘਣਗੇ। ਜੀ ਬਰ ਸਾਹਿਬ, ਉੱਧਰ ਦਿੱਲੀ ਦੇ ਵਿੱਚ ਜਿਹੜੀ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ, ਬੜੇ ਤਰ੍ਹਾਂ ਦੇ ਆਪੋ ਆਪਣੇ ਲੋਕਾਂ ਨੂੰ ਤੇ ਕਮੈਂਟ ਦਿੱਤੇ। ਹੁਣ ਖਬਰ ਹੈ ਕਿ ਸੱਜਣ ਕੁਮਾਰ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਜਾਂ ਆਪਾਂ ਕਹਿ ਲਈਏ ਦੇਣਾ ਪਿਆ, ਕੀ ਕਹੋਗੇ ਤੁਸੀਂ? ਪਰ ਕਮਲ ਸਿੰਘ ਜੀ, ਦੇਣਾ ਹੀ ਪਿਆ ਅਸਤੀਫਾ, ਦਿੱਤਾ ਤਾਂ ਉਸ ਬੰਦੇ ਨੇ ਕਾਹਦਾ ਜੀ, ਕਿਉਂਕਿ ਜੇ ਦੇਣਾ ਹੁੰਦਾ ਤਾਂ 1984 ਚ ਦੇਣ ਦਾ, 34 ਸਾਲ ਪਹਿਲਾਂ ਦੇਣ ਦਾ। ਇੱਥੇ ਕਟਹਿਰੇ ਚ ਕਾਂਗਰਸ ਵੀ ਖੜੀ ਹੈ, ਉਹਨਾਂ ਨੂੰ ਅਸਤੀਫਾ ਇਹਦਾ ਪਹਿਲਾਂ ਲੈ ਲੈਣਾ ਚਾਹੀਦਾ ਸੀ। ਇੱਦਾਂ ਦੇ ਬੰਦੇ ਨੂੰ ਮੁੱਢਲੀ ਮੈਂਬਰਸ਼ਿਪ ਕਾਹਨੂੰ ਦੇ ਕੇ ਰੱਖਣੀ ਸੀ? ਬਿਲਕੁਲ, 3-4 ਹੋਰ ਅਜੇ ਤੁਰੇ ਫਿਰਦੇ ਆ ਕਾਂਗਰਸ ਪਾਰਟੀ ਚ, ਉਹਨਾਂ ਬੰਦਿਆਂ ਦੇ ਉੱਤੇ ਵੀ ਸਿੱਧੇ ਸਿੱਧੇ ਦੋਸ਼ ਲੱਗਦੇ ਆ। ਅਸੀਂ ਮੁੱਢਲੀ ਮੈਂਬਰਸ਼ਿਪ ਜਿਹੜੀ ਵਾਪਸ ਲੈਣ ਦੀ ਗੱਲ ਕਰਦੇ ਹਾਂ, ਅਗਲੇ ਕਹਿੰਦੇ ਆ ਕਿ ਭਾਈ ਗੱਲ ਹੀ ਸਾਡੀ ਚੱਜਦੀ ਹੈ, ਇਹਨਾਂ ਤੋਂ ਬਿਨਾਂ ਸਾਡਾ ਸਰਦਾ ਨਹੀਂ। ਇੱਕ ਚੱਕ ਕੇ ਮੁੱਖ ਮੰਤਰੀ ਬਣਾਤਾ ਮੱਧ ਪ੍ਰਦੇਸ਼ ਦਾ ਕਮਲਨਾਥ, ਦੋਸ਼ ਉਹਦੇ ਉੱਤੇ ਸਾਬਿਤ ਹੋਏ ਜਾਂ ਨਹੀਂ ਹੋਏ। ਹਰਕਮਲ ਸਿੰਘ ਜੀ, ਇਹ ਗੱਲਾਂ ਬਾਅਦ ਦੀਆਂ, ਦੋਸ਼ ਲੱਗਦੇ ਤਾਂ ਹੈਗੇ ਆ ਨਾ। ਸੱਜਣ ਕੁਮਾਰ ਦੇ ਉੱਤੇ ਕਿਹੜਾ 34 ਸਾਲ ਦੋਸ਼ ਸਾਬਿਤ ਹੋਏ ਸੀ? ਹੁਣ ਹੋ ਗਏ, ਉੱਥੇ ਇੰਨੇ MLA ਨੇ ਕਾਂਗਰਸ ਦੇ, ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਮੁੱਖ ਮੰਤਰੀ ਬਣਾਉਂਦੇ ਚੰਗਾ ਸੀ। ਹੁਣ ਲਗਾਤਾਰ ਕਾਂਗਰਸ ਪਾਰਟੀ ਨਿਸ਼ਾਨੇ ਤੇ ਰਹੀ, ਮਹਾਰਾਸ਼ਟਰ ਚ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹ ਕਹਿੰਦੇ ਦੇਖਿਆ ਇੰਨੀਆਂ ਸਰਕਾਰਾਂ ਰਹੀਆਂ ਭਾਰਤ ਦੇ ਵਿੱਚ ਬਾਕੀ ਪਾਰਟੀਆਂ ਦੀਆਂ, ਕਦੇ ਕਿਸੇ ਨੇ ਇਨਸਾਫ਼ ਨਹੀਂ ਦਿੱਤਾ। 4.5 ਸਾਲ ਹੋਏ ਆ ਸਾਡੀ ਸਰਕਾਰ ਨੂੰ ਬਣੀ ਨੂੰ, ਦੇਖੋ ਅਸੀਂ ਕਿੱਡਾ ਵੱਡਾ ਸਿੱਖ ਭਾਈਚਾਰੇ ਨੂੰ ਇਨਸਾਫ਼ ਦਿੱਤਾ। ਇੱਥੋਂ ਤੱਕ ਕਿ ਰਾਹੁਲ ਗਾਂਧੀ ਤੱਕ ਤੋਂ ਅਸਤੀਫਾ ਮੰਗਿਆ ਜਾ ਰਿਹਾ। ਬੀਤੇ ਕੱਲ ਰਾਹੁਲ ਗਾਂਧੀ ਜਦੋਂ ਮੀਡੀਆ ਦੇ ਸਾਹਮਣੇ ਆਏ, ਉਹਨਾਂ ਨੇ ਕਮਲਨਾਥ ਨੂੰ ਮੁੱਖ ਮੰਤਰੀ ਬੁਲਾਉਣ ਸੰਬੰਧੀ ਸਵਾਲਾਂ ਦੇ ਗੋਲ ਗੋਲ ਜਿਹਾ ਜਵਾਬ ਦਿੱਤੇ, ਕੋਈ ਸਪਸ਼ਟ ਉੱਤਰ ਨਹੀਂ ਦੇ ਸਕੇ। ਅਕਾਲੀ ਟੁੱਟ ਕੇ ਪੈ ਗਏ, ਬੀਜੇਪੀ ਵਾਲੇ ਵੀ ਟੁੱਟ ਕੇ ਪੈ ਗਏ, ਇੱਥੋਂ ਤੱਕ ਕਿ ਘਰਾਓ ਕਰਨ ਦੀਆਂ ਗੱਲਾਂ ਬਾਤਾਂ ਚੱਲਦੀਆਂ ਜਾ ਰਹੀਆਂ। ਹੁਣ ਅਚਾਨਕ ਸੱਜਣ ਕੁਮਾਰ ਹੋਰੀ ਬੀਤੇ ਕੱਲ ਨਜ਼ਰ ਆਏ, ਮੀਡੀਆ ਨੇ ਵਾਰ ਵਾਰ ਆਵਾਜ਼ਾਂ ਮਾਰੀਆਂ ਪਰ ਰੁਕੇ ਨਹੀਂ, ਗੱਲ ਨਹੀਂ ਕੀਤੀ। ਇੱਕ ਚਿੱਠੀ ਉਹਨਾਂ ਨੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਦਿੱਤੀ ਹੈ। ਜੇ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਕਾਂਗਰਸ ਪਾਰਟੀ ਦਾ ਅਹੁਦਾ ਤਾਂ ਮੇਰੇ ਕੋਲ ਸੀ ਕੋਈ ਨਹੀਂ, ਮੈਂ ਮੁੱਢਲਾ ਮੈਂਬਰ ਸੀ ਤੇ ਇਸ ਕੈਦ ਦੇ ਫੈਸਲੇ ਤੋਂ ਬਾਅਦ ਮੈਂ ਉਸ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ। ਲੱਗਦਾ ਕਿ ਕਾਂਗਰਸ ਪਾਰਟੀ ਨੇ ਅਸਤੀਫਾ ਲਿਆ ਕਿ ਭਾਈ ਤੂੰ ਇੱਦਾਂ ਦੀਆਂ ਗੱਲਾਂ ਲਿਖ ਕੇ ਸਾਨੂੰ ਅਸਤੀਫਾ ਦੇ ਦੇ, ਘੱਟੋ ਘੱਟ ਅਸੀਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਜੋਗੇ ਤਾਂ ਹੋ ਜਾਈਏ। ਹੁਣ ਅਗਲੀ ਗੱਲ ਜਿਹੜੀ ਹੈ, ਦੇਖੋ ਬੀਤੇ ਕੱਲ ਐਡਵੋਕੇਟ ਫੂਲਕਾ ਸਾਹਿਬ ਜਿਹੜੇ ਆ ਉਹ ਅੰਮ੍ਰਿਤਸਰ ਪੁੱਜੇ, ਅੰਮ੍ਰਿਤਸਰ ਪੁੱਜ ਕੇ ਉਹਨਾਂ ਨੇ ਦਰਬਾਰ ਸਾਹਿਬ ਮੱਥਾ ਟੇਕਿਆ, ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਆਖਿਆ ਕਿ ਭਾਈ ਤੁਸੀਂ ਸ਼ਕਤੀ ਦਿੱਤੀ, ਅਸੀਂ 34 ਸਾਲ ਲੜਾਈ ਲੜੀ, ਰਲ ਮਿਲ ਕੇ ਲੜੀ, ਸਾਰਿਆਂ ਨੇ ਕਾਮਯਾਬ ਹੋਏ। ਸੱਜਣ ਕੁਮਾਰ ਅੰਦਰ ਚਲੇ ਗਿਆ, ਪੱਤਰਕਾਰਾਂ ਨੇ ਸਵਾਲ ਕਰਨੇ ਸ਼ੁਰੂ ਕਰਤੇ, ਜੀ ਫਾਂਸੀ ਮੰਗਦੇ ਆ ਕਈ ਬੰਦੇ, ਤੁਸੀਂ ਅਪੀਲ ਕਰੋਗੇ, ਸੁਪਰੀਮ ਕੋਰਟ ਜਾਓਗੇ? ਤਾਂ ਫੂਲਕਾ ਸਾਹਿਬ ਨੇ ਨਾਂ 'ਚ ਸਿਰ ਹਿਲਾਇਆ, ਉਹ ਕਹਿੰਦੇ ਲੱਗਣੇ ਤਾਂ ਬੰਦੇ ਫਾਹੇ ਚਾਹੀਦੇ ਆ, ਪਰ ਸਾਰੀ ਉਮਰ ਆਖਰੀ ਸਾਹ ਤੱਕ ਉਮਰ ਕੈਦ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਇਹਦੇ ਤੋਂ ਮਾੜੀ ਸਜ਼ਾ ਕਹਿੰਦੇ ਕੋਈ ਨਹੀਂ, ਇਹ ਫਾਂਸੀ ਤੋਂ ਵੀ ਵੱਧ ਖਤਰਨਾਕ ਸਜ਼ਾ। ਇਸ ਕਰਕੇ ਉਹ ਕਹਿੰਦੇ ਮੈਂ ਸੁਪਰੀਮ ਕੋਰਟ ਦੇ ਵਿੱਚ ਅਪੀਲ ਨਹੀਂ ਜੇ ਕਰਨੀ, ਇਸ ਕਰਕੇ ਨਹੀਂ ਕਰਨੀ ਕਿਉਂਕਿ ਉੱਥੇ ਫਿਰ ਦੂਸਰੀ ਧਿਰ ਨੇ ਵੀ ਆਪਣਾ ਪੱਖ ਰੱਖਣਾ, ਅਸੀਂ ਇਹ ਨਾ ਹੋਵੇ ਕਿ ਜਾਣ ਬੁੱਝ ਕੇ ਆਪਣਾ ਕੇਸ ਕਮਜ਼ੋਰ ਕਰਕੇ ਬਹਿ ਜਾਈਏ। ਇਹ ਹੁਣ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਸਲਾ, ਅਕਾਲੀ ਦਲ ਬਾਦਲ ਦੇ ਦਿੱਲੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਤੇ GK ਸਾਹਿਬ ਕਹਿ ਚੁੱਕੇ ਆ ਕਿ ਅਸੀਂ ਸੁਪਰੀਮ ਕੋਰਟ 'ਚ ਇਹਨੂੰ ਫਾਂਸੀ ਦਿਵਾਉਣ ਦੇ ਲਈ ਅਪੀਲ ਕਰਨੀ ਹੈ, ਤੇ ਦੂਜੇ ਪਾਸੇ ਫੂਲਕਾ ਸਾਹਿਬ ਕਹਿੰਦੇ ਕਿ ਅਪੀਲ ਨਹੀਂ ਕਰਨੀ ਚਾਹੀਦੀ। ਪਰ ਕੱਲ ਇੱਕ ਫਰਕ ਨਜ਼ਰ ਆਇਆ ਸੱਜਣ ਕੁਮਾਰ ਦੇ ਅਸਤੀਫੇ ਤੋਂ ਬਾਅਦ, ਉਹਦੇ ਕੇਸ ਦੇ ਫੈਸਲੇ ਤੋਂ ਬਾਅਦ,
ਕਿ ਜਿਹੜੀ SDP ਸੀ ਫੂਲਕਾ ਸਾਹਿਬ ਨੂੰ ਘੱਟ ਹੀ ਧਿਆਨ ਦਿੰਦੀ ਸੀ, ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਫੂਲਕਾ ਸਾਹਿਬ ਨੂੰ ਸਨਮਾਨਿਤ ਕੀਤਾ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਮਾਝੇ ਦੇ ਲੀਡਰ ਨੇ ਉਹਨਾਂ ਨੇ ਵੀ ਪੁੱਜ ਕੇ ਫੂਲਕਾ ਸਾਹਿਬ ਨੂੰ ਵਧਾਈਆਂ ਦਿੱਤੀਆਂ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੱਜਣ ਕੁਮਾਰ ਦੇ ਮਸਲੇ ਤੇ ਹੁਣ ਕਾਂਗਰਸ ਪਾਰਟੀ ਆਪਣੇ ਵੱਲੋਂ ਕੋਈ ਸਪਸ਼ਟੀਕਰਨ ਵਰਗਾ ਬਿਆਨ ਜਾਰੀ ਕਰਦੀ ਹੈ ਜਾਂ ਨਹੀਂ। ਜੀ ਬਰਸਾਬ, ਵੇਖੋ ਸੱਜਣ ਕੁਮਾਰ ਦੇ ਅਸਤੀਫੇ ਨਾਲ ਨਾ ਤਾਂ ਕਾਂਗਰਸ ਪਾਰਟੀ ਪਾਕ ਸਾਫ ਹੋਣੀ ਹੈ ਤੇ ਨਾ ਸੱਜਣ ਕੁਮਾਰ ਦੇ ਨਾਲ ਨਾਲ 5-7 ਜਾਂ ਹੋਰ 10 ਜਣਿਆਂ ਨੂੰ ਸਜ਼ਾ ਦੇਣ ਦੇ ਨਾਲ ਇਹ ਗੱਲ ਸਮਾਪਤ ਹੁੰਦੀ ਹੈ, ਕਿਉਂਕਿ ਬੜਾ ਵੱਡਾ ਘੱਲੂਘਾਰਾ ਜੈਨੋਸਾਈਡ ਉੱਥੇ ਹੋਇਆ ਸੀਗਾ ਸਿੱਖਾਂ ਦਾ ਜਿਹੜਾ ਕਤਲੇਆਮ। ਹਾਲੇ ਤਾਂ ਆਪਾਂ 3.5 ਦਹਾਕਿਆਂ ਬਾਅਦ ਇਨਸਾਫ ਦੀ ਥੋੜ੍ਹੀ ਜਿਹੀ ਸ਼ੁਰੂਆਤ ਕਹਿ ਸਕਦੇ ਹਾਂ ਅਤੇ ਹਜੇ ਹੋਰ ਬਹੁਤ ਕੁਝ ਹੋਣਾ ਮੈਨੂੰ ਲੱਗਦਾ ਵੀ ਬਾਕੀ ਆ। ਕੀ ਵਿਚਾਰ ਆ ਤੁਹਾਡੇ? ਕਮਲ ਸਿੰਘ ਜੀ, ਦੇਖੋ ਗੱਲ ਇਹ ਹੈ, ਮੈਂ ਉਦੋਂ 2 ਸਾਲਾਂ ਦਾ ਸੀ ਜਦੋਂ ਇਹ ਘਟਨਾਕ੍ਰਮ ਵਾਪਰਿਆ ਜੀ। ਮੈਨੂੰ ਨਹੀਂ ਪਤਾ ਉਦੋਂ ਕੀ ਹੋਇਆ, ਕੋਈ ਅਹਿਸਾਸ ਨਹੀਂ, ਕੋਈ ਹੱਡੀ ਨਹੀਂ ਹੰਢਾਈ ਹੋਈ ਗੱਲ ਨਾ। ਜਿਹਨਾਂ ਲੋਕਾਂ ਨੇ ਸਾਰਾ ਕੁਝ ਹੱਡੀ ਹੰਢਾਇਆ ਉਹਨਾਂ ਨੂੰ ਪਤਾ ਕਿ ਉਦੋਂ ਮਾਹੌਲ ਕਿਹੋ ਜਿਹਾ ਸੀ। ਪਰ ਇੰਨੀ ਗੱਲ ਜ਼ਰੂਰ ਹੈ ਕਿ ਮੇਰੇ ਵਰਗੇ ਬੰਦੇ ਦੇ ਲਈ 1984 ਦਾ ਸਿੱਖ ਕਤਲੇਆਮ 4 ਸ਼ਬਦ ਨੇ, ਪਰ ਜਿਹੜੇ 30,000 ਪਰਿਵਾਰਾਂ ਨੂੰ ਉਦੋਂ ਭਾਰਤ ਦੇ ਵੱਖ ਵੱਖ ਸ਼ਹਿਰਾਂ ਚੋਂ, ਕੋਈ ਦਿੱਲੀ ਚੋਂ, ਕੋਈ ਹਿਮਾਚਲ ਚੋਂ, ਕੋਈ ਬੋਕਾਰੋ ਚੋਂ, ਕੋਈ ਕਾਨਪੁਰ ਚੋਂ ਕਤਲੇਆਮ ਤੋਂ ਬਾਅਦ ਪੰਜਾਬ ਸੂਬੇ 'ਚ ਪਰਤਣਾ ਪਿਆ ਸੀ, ਇੱਥੇ ਆ ਕੇ ਡੇਰੇ ਲਾਉਣੇ ਪਏ ਸੀ, ਮਨ ਦੇ ਵਿੱਚ ਕਿਤੇ ਨਾ ਕਿਤੇ ਗੱਲ ਤਾਂ ਆਉਂਦੀ ਹੋਣੀ ਕਿ ਭਾਈ ਦੇਸ਼ ਸਾਡਾ ਹੀ ਹੈ। ਉਸ ਦੇਸ਼ ਤੇ ਜਿਹੜੇ ਸ਼ਹਿਰ ਦੇ ਵਿੱਚ ਅਸੀਂ ਰਹਿੰਦੇ ਸੀ, ਜੇ ਉੱਥੇ ਸਾਡੇ ਨਾਲ ਏਦਾਂ ਦਾ ਮਾੜਾ ਵਿਵਹਾਰ ਕੀਤਾ ਜਾਂਦਾ ਤੇ ਅਸੀਂ ਕੀ ਮਹਿਸੂਸ ਕਰੀਏ। ਦੇਖੋ, ਲੋਕਾਂ ਦੇ ਕਾਰੋਬਾਰ ਤਬਾਹ ਹੋ ਗਏ, ਘਰ ਸਾੜ ਦਿੱਤੇ ਗਏ, ਗੱਡੀਆਂ ਸਕੂਟਰ ਮੋਟਰਸਾਈਕਲ ਤੱਕ ਸਵਾਹ ਦੀ ਢੇਰੀ ਦੇ ਵਿੱਚ ਤਬਦੀਲ ਕਰ ਦਿੱਤੇ ਗਏ, ਤੇ ਇਹਦੇ ਬਾਵਜੂਦ ਵੀ ਜੇ ਆਪਾਂ ਕਹੀਏ ਕਿ ਭਾਈ ਉਹਨਾਂ ਲੋਕਾਂ ਦਾ ਦੁੱਖ ਤਾਂ 34 ਸਾਲ ਹੋ ਗਿਆ, ਹੁਣ ਭੁੱਲ ਜਾਣਾ ਚਾਹੀਦਾ, ਕਿਵੇਂ ਭੁੱਲ ਹੋ ਜਾਏ। ਇੱਕ ਬੀਬੀ 90 ਸਾਲ ਦੀ ਹੈ, ਜੋਗਿੰਦਰ ਕੌਰ, ਉਹ ਕਹਿੰਦੀ 34 ਸਾਲ ਹੋ ਗਿਆ ਮੈਂ 2 ਕਮਰਿਆਂ ਤੋਂ ਬਾਹਰ ਨਹੀਂ ਜਾਂਦੀ। ਘਰ ਵਾਲਾ ਗਿਆ ਸੀ 1984 ਦੇ ਵਿੱਚ ਘਰੋਂ ਕੰਮ ਤੇ, ਕਤਲੇਆਮ ਸ਼ੁਰੂ ਹੋ ਗਿਆ, ਵਾਪਸ ਨਹੀਂ ਪਰਤਿਆ। ਮੁੰਡਾ ਕਾਨਪੁਰ ਪੜ੍ਹਨ ਗਿਆ ਸੀ, ਅੱਜ ਤੱਕ ਵਾਪਸ ਨਹੀਂ ਪਰਤਿਆ। 90 ਸਾਲ ਦੀ ਬੀਬੀ ਜੋਗਿੰਦਰ ਕੌਰ, ਜਿਹਦੀ ਲੱਤ 'ਤੇ ਵੀ ਫ੍ਰੈਕਚਰ ਹੈ, ਉਹਨੂੰ ਅੱਜ ਤੱਕ 34 ਸਾਲ ਬਾਅਦ ਵੀ ਇਹ ਨਹੀਂ ਪਤਾ ਲੱਗ ਸਕਿਆ ਕਿ ਉਹਦੇ ਘਰ ਵਾਲੇ ਦੀ ਮੌਤ ਕਿਵੇਂ ਹੋਈ ਸੀ, ਉਹਨੂੰ ਕਤਲ ਕਿਹਨੇ ਤੇ ਕਿੱਥੇ ਕੀਤਾ, ਨਾ ਲਾਸ਼ ਲੱਭੀ ਜੀ। ਉਹਦੇ ਪੁੱਤ ਨੂੰ ਕਿਹਨੇ ਮਾਰਿਆ, ਕਿੱਥੇ ਮਾਰਿਆ ਤੇ ਕਿਵੇਂ ਮਾਰਿਆ, ਉਸ ਬੀਬੀ ਜੋਗਿੰਦਰ ਕੌਰ ਨੂੰ ਅੱਜ ਤੱਕ ਪਤਾ ਨਹੀਂ। ਅਜੇ ਤੱਕ ਉਹ ਕਹਿੰਦੀ ਕਿ ਪੂਰਾ ਇਨਸਾਫ ਨਹੀਂ ਮਿਲਿਆ। ਪਰ 34 ਸਾਲ ਦਾ ਅਰਸਾ ਹਰਕਮਲ ਸਿੰਘ ਜੀ ਛੋਟਾ ਨਹੀਂ ਹੁੰਦਾ, ਇੱਥੇ 34 ਮਿੰਟਾਂ ਦੇ ਵਿੱਚ 34 ਵਾਰ ਸਾਡੀਆਂ ਸਲਾਹਾਂ ਬਦਲਦੀਆਂ। ਉਹ ਲੋਕ ਜਿਨ੍ਹਾਂ ਨੇ ਕੇਸ ਕੀਤੇ, ਜਿਨ੍ਹਾਂ ਨੇ ਧਮਕੀਆਂ ਦੇ ਬਾਵਜੂਦ, ਲਾਲਚਾਂ ਦੇ ਬਾਵਜੂਦ ਲਗਾਤਾਰ ਗਵਾਹੀਆਂ ਦਿੱਤੀਆਂ ਤੇ ਕੇਸਾਂ ਨੂੰ ਅੰਜਾਮ ਤੱਕ ਪਹੁੰਚਾਉਣ ਦੇ ਲਈ ਆਪਣੇ ਵੱਲੋਂ ਪੂਰਾ ਢਿੱਲ ਲਾਇਆ, ਉਹਨਾਂ ਨੂੰ ਸਲਿਊਟ ਹੈ। ਦੇਖੋ, 30,000 ਪਰਿਵਾਰਾਂ ਦੇ ਵਿੱਚੋਂ ਸਰਕਾਰਾਂ ਨੇ ਬਾਅਦ ਵਿੱਚ ਕਈ ਤਰ੍ਹਾਂ ਦੇ ਪਰਦੇ ਪਾਏ ਸੀ। ਸਰਕਾਰਾਂ ਕਹਿੰਦੀਆਂ ਸੀ ਕਿ ਦੇਖੋ, ਉਹਨਾਂ 30,000 ਦੇ ਵਿੱਚੋਂ ਅੱਧੇ ਵੱਧ ਪਰਿਵਾਰ ਦੁਬਾਰਾ ਆ ਕੇ ਪੁਰਾਣੀ ਥਾਵਾਂ ਦੇ ਉੱਤੇ ਵੱਸ ਗਿਆ ਸੀ। ਕਿਵੇਂ ਵੱਸ ਗਿਆ ਸੀ? 5-5, 7-7 ਜੀਆਂ ਵਾਲੇ ਪਰਿਵਾਰ, 1-1, 2-2 ਜੀਆਂ ਤਬਦੀਲ ਹੋ ਕੇ ਲੈ ਗਿਆ। ਲੋਕ ਲਾਸ਼ਾਂ ਉਹਨਾਂ ਸ਼ਹਿਰਾਂ ਦੇ ਵਿੱਚ ਛੱਡ ਕੇ ਆਏ ਸੀ, ਆਪਣੇ ਪਰਿਵਾਰਕ ਜੀਆਂ ਦੀਆਂ। ਹਾਲਾਤ ਇੱਦਾਂ ਦੇ ਸੀ, ਸੰਸਕਾਰ ਕਰਨ ਤੱਕ ਦਾ ਮੌਕਾ ਨਹੀਂ ਸੀ ਮਿਲਿਆ। ਇਹਦੇ ਨਾਲ ਨਾਲ ਇੱਕ ਬਹੁਤ ਵੱਡੀ ਚੁਣੌਤੀ ਜਿਹੜੀ ਕਿ ਸਾਡੇ ਸਾਰਿਆਂ ਦੇ ਸਾਹਮਣੇ ਹੈ, 650 ਤੋਂ ਵੱਧ 1984 ਦੇ ਸਿੱਖ ਕਤਲੇਆਮ ਦੇ ਕੇਸ ਰਜਿਸਟਰਡ ਹੋਏ, ਉਹਨਾਂ ਦੇ ਵਿੱਚੋਂ 268 ਕੇਸ ਉਹਨਾਂ ਦੀਆਂ ਫਾਈਲਾਂ ਗੁੰਮ ਕਰ ਦਿੱਤੀਆਂ ਗਈਆਂ, 241 ਕੇਸ ਬੰਦ ਕਰ ਦਿੱਤੇ ਗਏ, ਜਦੋਂ ਜਦ ਹੋਈ ਅਦਾਲਤਾਂ ਤੱਕ ਪਹੁੰਚ ਕਰਨੀ ਪਈ, 60 ਕੇਸ ਦੁਬਾਰਾ ਖੁੱਲੇ, ਪਰ ਬਾਕੀ ਕੇਸ ਅਜੇ ਤੱਕ ਦੁਬਾਰਾ ਨਹੀਂ ਖੁੱਲ ਸਕੇ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਸਾਰੇ ਕੇਸ 650 ਤੋਂ ਵੱਧ ਉਹਨਾਂ ਦੇ ਪਹਿਲੇ ਅਧਿਆਏ ਲਿਖੇ ਜਾ ਚੁੱਕੇ ਆ, ਉਹਨਾਂ ਦਾ ਇਨਸਾਫ ਪ੍ਰਾਪਤੀ ਵਾਲਾ ਆਖਰੀ ਅਧਿਆਏ ਲਿਖਣ ਵਾਲਾ, ਪਰ ਜਿਹੜੀਆਂ 268 ਫਾਈਲਾਂ ਗੁੰਮ ਹੋ ਗਈਆਂ, ਉਹਨਾਂ ਫਾਈਲਾਂ ਦੇ ਨਾਲ ਹੀ ਕਥਿਤ ਤੌਰ ਤੇ ਦੋਸ਼ੀਆਂ ਦੇ ਚਿਹਰੇ ਗੁੰਮ ਹੋ ਗਏ, ਉਹ ਲੱਭਣ ਦੀ ਲੋੜ ਹੈ, ਇਨਵੈਸਟੀਗੇਸ਼ਨ ਹੋਣ ਦੀ ਲੋੜ ਹੈ। ਜਿਹੜੇ ਕੇਸ ਬੰਦ ਕਰ ਦਿੱਤੇ ਗਏ ਆ ਉਹਨਾਂ ਨੂੰ ਦੁਬਾਰਾ ਖੋਲ੍ਹ ਕੇ ਜਾਂਚਣ ਤੇ ਪਰਖਣ ਦੀ ਲੋੜ ਹੈ, ਕਿਉਂਕਿ ਆ ਵੀ ਤਾਂ ਬੰਦ ਕੀਤੇ ਗਏ ਕੇਸਾਂ ਦੇ ਵਿੱਚ ਹੀ ਸਜ਼ਾਵਾਂ ਮਿਲੀ ਜਾਂਦੀਆਂ। ਨਾਲ ਦੀ ਨਾਲ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਮਸਲਾ ਕਿ ਹੁਣੇ ਹੁਣੇ ਸੱਜਣ ਕੁਮਾਰ ਦੇ ਕੇਸ ਦੇ ਵਿੱਚ ਜਿਹੜਾ ਫੈਸਲਾ ਸਾਡੇ ਜੱਜ ਸਾਹਿਬਾਨ ਨੇ ਦਿੱਤਾ, ਉਸ ਫੈਸਲੇ ਦੇ ਵਿੱਚ ਉਹਨਾਂ ਨੇ ਵੇਲੇ ਦੀਆਂ ਸਰਕਾਰਾਂ ਤੇ ਉਂਗਲੀ ਚੁੱਕੀ, ਵੇਲੇ ਦੀ ਅਫਸਰਸ਼ਾਹੀ ਤੇ ਉਂਗਲੀ ਚੁੱਕੀ। ਮੈਨੂੰ ਲੱਗਦਾ ਹੈ ਕਿ ਉਸ ਦਿੱਲੀ ਹਾਈਕੋਰਟ ਦੀ ਜੱਜਮੈਂਟ ਨੂੰ ਆਧਾਰ ਬਣਾ ਕੇ ਕੁਝ ਇੱਕ ਪਟੀਸ਼ਨਾਂ ਹੋਰ ਪਾਈਆਂ ਜਾ ਸਕਦੀਆਂ, ਕੁਝ ਇੱਕ ਕੇਸ ਹੋਰ ਕੀਤੇ ਜਾ ਸਕਦੇ ਹੈ ਕਿ ਜਿਨ੍ਹਾਂ ਦੀ ਉਦੋਂ ਸਰਕਾਰ ਸੀ, ਜੇ ਕਤਲ ਹੁੰਦਾ ਰਿਹਾ ਕੀ ਜ਼ਿੰਮੇਵਾਰੀ ਤੈਅ ਨਹੀਂ ਕਰਨੀ ਚਾਹੀਦੀ, ਕੀ ਕਾਨੂੰਨੀ ਸ਼ਿਕੰਜੇ ਦੇ ਵਿੱਚ ਉਹਨਾਂ ਨੂੰ ਕੱਸਣਾ ਨਹੀਂ ਚਾਹੀਦਾ, ਕਿ ਤੁਸੀਂ ਸਰਕਾਰੀ ਖਜ਼ਾਨੇ 'ਚੋਂ ਤਨਖਾਹਾਂ ਲੈਂਦੇ ਹੋਏ ਵੀ ਚੰਗੇ ਤਰੀਕੇ ਸਥਿਤੀ ਨੂੰ ਕੰਟਰੋਲ 'ਚ ਕਿਉਂ ਨਾ ਕੀਤਾ, ਉਹਨਾਂ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਤੇ ਵੀ ਕਾਰਵਾਈ ਹੋਏ।
ਜਿਨ੍ਹਾਂ ਨੇ ਕਤਲੇਆਮ ਦੇ ਬਾਵਜੂਦ ਹਜ਼ਾਰਾਂ ਸਿੱਖਾਂ ਦੀਆਂ ਲਾਸ਼ਾਂ ਸੜਕਾਂ ਤੇ ਪਏ ਹੋਣ ਦੇ ਬਾਵਜੂਦ ਵੀ ਇਹ ਪੁਲਸੀਆ ਰਜਿਸਟਰਾਂ ਦੇ ਵਿੱਚ ਦਰਜ ਹੀ ਨਹੀਂ ਕੀਤਾ। ਇਹੀ ਦਰਜ ਕਰਦੇ ਰਿਹਾ ਕਿ ਸਾਡੇ ਇਲਾਕੇ ਤਾਂ ਸਭ ਕੁਝ ਠੀਕ ਹੈ, ਕੋਈ ਜ਼ਖਮੀ ਵੀ ਨਹੀਂ ਹੋਇਆ, ਮਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਸੋ ਸਾਰੀਆਂ ਚੀਜ਼ਾਂ ਦੇ ਉੱਤੇ ਲੰਬੇ ਚੌੜੇ ਸੰਘਰਸ਼ ਦੀ ਲੋੜ ਹੈ। ਸੱਜਣ ਕੁਮਾਰ ਦੀ ਸਜ਼ਾ ਕੇਵਲ ਤੇ ਕੇਵਲ 2 ਮਿੰਟ ਦੀ ਅਰੈਸਟ ਸੀ, ਉਹਦੇ ਤੋਂ ਬਾਅਦ ਤੇਜ਼ ਗਤੀ ਦੇ ਨਾਲ ਅੱਗੇ ਵਧਣਾ ਪਏਗਾ। ਜੀ ਬੜ ਸਾਹਿਬ, ਸਮੇਂ ਦੇ ਲਿਹਾਜ਼ ਨਾਲ ਫਿਰ ਅੱਜ ਦੀ ਗੱਲਬਾਤ ਦੀ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਸਟੂਡੀਓ ਨੂੰ ਕੀਮਤੀ ਸਮਾਂ ਦੇਣ ਦੇ ਲਈ। ਬਹੁਤ ਸ਼ੁਕਰੀਆ, ਮਿਹਰਬਾਨੀ ਹੈ ਕਮਲ ਸਿੰਘ ਜੀ। ਰੇਡੀਓ ਕੌਮੀ ਆਵਾਜ਼ ਦੇ ਸਰੋਤਿਆਂ ਨੂੰ ਸ਼ੁਭੇਸ਼ਾਵਾਂ। ਦੋਸਤੋ, ਪਰਮਵੀਰ ਸਿੰਘ ਬਾਠੋਰਾ ਕੋਲੋਂ ਤੁਸੀਂ ਪੰਜਾਬ ਤੇ ਭਾਰਤੀ ਖੇਤੇ ਦੀਆਂ ਕੁਝ ਵਿਸ਼ੇਸ਼ ਖਬਰਾਂ ਦੀ ਬੜੇ ਵਿਸਥਾਰ ਨਾਲ ਜਾਣਕਾਰੀ ਸੁਣੀ। ਇਸ ਤੋਂ ਬਾਅਦ ਪੇਸ਼ ਹੋਣਗੀਆਂ ਆਸਟ੍ਰੇਲੀਆ ਦੀਆਂ ਖਬਰਾਂ ਤੇ ਪੇਸ਼ਕਾਰ ਹੋਣਗੇ ਯਸ਼ਪਾਲ ਸਿੰਘ। ਆਪਾਂ ਫਿਰ ਮਿਲਾਂਗੇ ਕੱਲ ਇਸੇ ਸਮੇਂ ਇਸੇ ਪ੍ਰੋਗਰਾਮ 'ਚ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।